ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਉਹਨਾਂ ਭਗਦੇ ਮਸਲਿਆਂ ਦੀ ਗੱਲ ਕਰਦੇ ਹਾਂ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਡਾਇਲੋਗ ਬਣੇ ਹੋਏ ਹਨ। ਜਦ ਡਾਇਲੋਗ ਬਣਦੇ ਹਨ, ਸੰਵਾਦ ਬਣਦੇ ਹਨ, ਤਾਂ ਫਿਰ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਕਿ ਇਸ ਵਿਸ਼ੇ ਦੇ ਉੱਤੇ ਜਾਂ ਫਿਰ ਇਸ ਗੰਭੀਰ ਮਸਲੇ ਦੇ ਉੱਤੇ ਵਿਚਾਰ ਕੀਤਾ ਜਾ ਸਕੇ, ਤਕਰਾਰ ਹੋਵੇ ਅਤੇ ਪੁੱਛੇ ਜਾਣ ਉਹ ਸਵਾਲ ਕਿ ਕਿਉਂ ਨਹੀਂ ਹੋਇਆ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਖਬਰ ਤੁਹਾਡੇ ਸਾਹਮਣੇ ਜ਼ਰੂਰ ਰੱਖਣਾ ਚਾਹੁੰਦਾ। ਅੱਜ ਤੋਂ ਹਫ਼ਤਾ ਪਹਿਲਾਂ ਪਾਰਲੀਮੈਂਟ ਦੇ ਵਿੱਚ ਜਦ ਬਜਟ ਪਾਸ ਹੋਇਆ ਤਾਂ ਉਮੀਦਾਂ ਸੀਗੀਆਂ ਭਾਰਤ ਸਰਕਾਰ ਤੋਂ, ਬੀਜੇਪੀ ਗਵਰਨਮੈਂਟ ਤੋਂ, ਕਿ ਕੁਛ ਨਾ ਕੁਛ ਲਿਆਂਦਾ ਜਾਵੇਗਾ ਪੰਜਾਬ ਦੇ ਲਈ, ਕੁਝ ਨਾ ਕੁਝ ਲਿਆਂਦਾ ਜਾਵੇਗਾ 550 ਪ੍ਰਕਾਸ਼ ਪੁਰਬ ਦੇ ਲਈ। ਕਿਉਂਕਿ ਮੈਨੂੰ ਯਾਦ ਆ ਜਦ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਮਨਾਏ ਸੀਗੇ ਤਾਂ 300 ਕਰੋੜ ਰੁਪਏ ਜਿਹੜੇ ਨੇ ਉਹ ਘੱਟੋ ਘੱਟ ਦਿੱਤੇ ਗਏ ਸੀਗੇ ਕੇਂਦਰ ਸਰਕਾਰ ਨੂੰ, ਜਿਹਦੇ ਵਿੱਚ ਇਹ ਤਜਵੀਜ਼ ਰੱਖੀ ਗਈ ਸੀ ਕਿ 150 ਕਰੋੜ ਜਿਹੜਾ ਉਹ ਪੰਜਾਬ ਸਰਕਾਰ ਯੂਟੀਲਾਈਜ਼ ਕਰ ਸਕਦੀ ਹੈ। ਲੇਕਿਨ ਜਦ ਇਸ ਵਾਰ ਦਾ ਬਜਟ ਪਾਸ ਕੀਤਾ ਗਿਆ 550 ਪ੍ਰਕਾਸ਼ ਪੁਰਬ ਦੇ ਮੌਕੇ, ਤਾਂ ਉਮੀਦ ਸੀਗੀ ਵਿਸ਼ਵ ਭਰ ਦੇ ਵਿੱਚ ਸਿੱਖਾਂ ਨੂੰ ਕਿ ਨਰਿੰਦਰ ਮੋਦੀ ਸਰਕਾਰ, ਕੇਂਦਰ ਦੀ ਸਰਕਾਰ ਕੁਝ ਨਾ ਕੁਝ ਸੌਗਾਤ ਜਿਹੜੀ ਹੈ ਉਹ ਸਿੱਖਾਂ ਦੇ ਲਈ ਲੈ ਕੇ ਆਏਗੀ, ਉਮੀਦ ਸੀਗੀ। ਦੂਜੇ ਪਾਸੇ ਇਹ ਉਮੀਦ ਸੀਗੀ ਕਿ ਕਿਸਾਨਾਂ ਦੇ ਲਈ ਕੁਝ ਨਾ ਕੁਝ ਆਲ ਓਵਰ ਇੰਡੀਆ ਦੇ ਵਿੱਚ ਵੱਡਾ ਐਲਾਨ ਹੋ ਸਕਦਾ, ਕਿਉਂਕਿ ਜਦ 2014 ਦੇ ਵਿੱਚ ਮੋਦੀ ਸਰਕਾਰ ਹੋਂਦ ਦੇ ਵਿੱਚ ਆਈ ਸੀਗੀ ਤਾਂ ਇਹਨਾਂ ਦਾ ਸਭ ਤੋਂ ਵੱਡਾ ਸੁਪਨਾ ਸੀਗਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਸੀਗਾ, ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦਾ ਨਾਰਾ ਸੀਗਾ, ਨਾ ਤਾਂ ਪੰਜਾਬ ਦੇ ਕਿਸਾਨਾਂ ਦੇ ਲਈ ਔਰ ਵਿਸ਼ਵ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਲਈ ਔਰ ਇੰਡੀਆ ਦੇ ਵਿੱਚ ਵਸਦੇ ਔਰ ਵੱਖ ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਲਈ ਕੋਈ ਵੱਡੀ ਸੌਗਾਤ ਸਾਹਮਣੇ ਨਹੀਂ ਆਈ। ਇਹ ਦੋ ਵਿਸ਼ੇ ਨੇ ਵੱਖ ਵੱਖ, ਲੇਕਿਨ ਮੈਂ ਸਭ ਤੋਂ ਪਹਿਲਾਂ ਗੱਲ ਕਰਨਾ ਚਾਹੁੰਦਾ ਕਿ 550 ਪ੍ਰਕਾਸ਼ ਪੁਰਬ ਦੇ ਲਈ ਕਿਉਂ ਨਹੀਂ ਕੁਝ ਬਜਟ ਪਾਸ ਕੀਤਾ ਗਿਆ। ਵੈਸੇ ਤਾਂ ਬੀਜੇਪੀ ਔਰ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰਸ ਹਨ ਉਹ ਛਾਤੀ ਚੌੜੀ ਕਰਕੇ, 56 ਇੰਚ ਦਾ ਸੀਨਾ ਚੌੜਾ ਕਰਕੇ ਕਹਿੰਦੇ ਹਨ ਕਿ ਅਸੀਂ ਸਿੱਖਾਂ ਦੇ ਉੱਤੇ ਮਾਣ ਕਰਦੇ ਹਾਂ। ਕਈ ਤਾਂ ਇਸ ਗੱਲ ਨੂੰ ਇਹ ਵੀ ਕਹਿ ਦਿੰਦੇ ਹਨ ਕਿ ਸਿੱਖਾਂ ਸਿੱਖ ਹੈ ਅਤੇ ਹਿੰਦੂ ਹੀ ਹਨ ਨਾ, ਪਰ ਚਲੋ ਉਸ ਗੁਰੂ ਦੀ ਫਿਲੋਸਫੀ ਨੂੰ, ਉਸ ਗੁਰੂ ਦੀ ਟੀਚਿੰਗ ਨੂੰ, ਉਸ ਗੁਰੂ ਦੇ ਸਿਧਾਂਤ ਨੂੰ ਜਿਹਨੇ ਵਿਸ਼ਵ ਭਰ ਦੇ ਵਿੱਚ ਵਸਦੇ ਲੋਕਾਂ ਨੂੰ ਇਨਸਾਨੀਅਤ ਦਾ ਪਾਠ ਪੜਾਇਆ, ਮੋਦੀ ਸਰਕਾਰ ਤੁਸੀਂ ਉਹਨਾਂ ਦੇ ਲਈ ਕੁਝ ਵੀ ਬਜਟ ਨਹੀਂ ਬਣਾਇਆ। ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਕਵਲਜੀਤ ਸਿੰਘ ਸੋਨੀ, ਜੋ ਕਿ ਰੀਪ੍ਰਜੈਂਟ ਕਰਦੇ ਹਨ ਸਿੱਖ ਡਾਇਸਪੋਰਾ ਨੂੰ, ਬੀਜੇਪੀ ਓਵਰਸੀਜ਼ ਫਰੰਟ ਦੇ ਨੁਮਾਇੰਦੇ ਵੀ ਹਨ, ਬੁਲਾਰੇ ਵੀ ਹਨ। ਲੈਂਦੇ ਆ ਇਸ ਸਵਾਲ ਦਾ ਜਵਾਬ ਉਹਨਾਂ ਤੋਂ। ਸੋਨੀ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਮੰਚ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨੀ ਸਾਹਿਬ, ਸਰਲ ਸਵਾਲ ਨਾ ਪੁੱਛਦਾ ਹੋਇਆ ਮੈਂ ਤੁਹਾਨੂੰ ਸਿੰਪਲ ਸਵਾਲ ਪੁੱਛਣਾ ਚਾਹੁੰਦਾ, ਕਿਉਂ ਨਹੀਂ ਦਿੱਤਾ ਗਿਆ ਕੁਝ ਵੀ ਬਜਟ 550 ਪ੍ਰਕਾਸ਼ ਪੁਰਬ ਨੂੰ ਲੈ ਕੇ? ਦੇਖੋ ਜੀ, ਤੁਸੀਂ ਹੁਣ ਦੇ ਬਜਟ ਤੇ ਨਾ ਜਾਓ ਨਾ, ਇਹ ਐਲਾਨ ਜਿਹੜਾ 18 ਨਵੰਬਰ 2018 ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਕੈਬਿਨਟ ਦੀ ਤਰਫੋਂ ਹੋ ਗਿਆ ਸੀ ਕਿ ਅਗਲੇ ਸਾਲ ਸਾਡੇ 500 ਸਾਲਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਦਿਨ ਹੈ ਉਹ ਵਿਸ਼ਵ ਪੱਧਰ ਤੇ ਸਾਰੇ ਕਿਧਰੇ ਮਨਾਇਆ ਜਾਏਗਾ। ਹੁਣ ਵੀ ਉਸ ਵਕਤ ਹੀ ਡੇਟ ਸੈੱਟ ਹੋ ਗਈ ਸੀ ਔਰ ਜਿਹੜੇ ਬਜਟ ਜ਼ਰੂਰਤ ਹੈ ਉਸ ਵਕਤ ਹੀ ਅਲਾਟਮੈਂਟ ਹੋ ਗਈ ਸੀ ਕਿ ਇਹਨਾਂ ਨੂੰ ਕਿੰਨੇ ਪੈਸੇ ਚਾਹੀਦੇ ਨੇ। ਹੁਣ ਇਸ ਸਾਲ ਸਾਰੇ ਦੁਨੀਆ ਵਿੱਚ ਐਮਬੈਸੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ। ਉਹ ਆਫੀਸ਼ੀਅਲ ਡੇਟ ਜਿਹੜੀ ਉਹਨਾਂ ਨੇ ਰੱਖੀ ਹੈ ਉਹ ਇਸ ਸਾਲ 12 ਨਵੰਬਰ ਦੀ ਰੱਖੀ ਹੈ। 12 ਨਵੰਬਰ ਚ ਸਾਰੇ ਵਿਸ਼ਵ ਦੇ ਵਿੱਚ ਤੇ ਇੰਡੀਆ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ, ਅੰਮ੍ਰਿਤਸਰ ਵਿੱਚ, ਅਨੰਦਪੁਰ ਸਾਹਿਬ, ਜਿਹੜੀ ਜਗ੍ਹਾ ਹੈਗੀ ਆ ਸਾਡੇ ਧਰਮ ਸਥਾਨ ਜਿੱਥੇ ਵੀ ਹਨ ਉੱਥੇ ਸਾਰਿਆਂ ਨੂੰ ਬੜੇ ਵੱਡੇ ਪੱਧਰ ਤੇ ਇੱਕ ਉਸ ਦਿਨ ਗੁਰਪੁਰਬ ਮਨਾਉਣ ਦਾ ਪ੍ਰੋਗਰਾਮ ਹੈ ਔਰ ਸਪੈਸ਼ਲ ਟ੍ਰੇਨਸ ਵਗੈਰਾ ਉਸ ਦਿਨ ਚੱਲਣਗੀਆਂ। ਜਿਹੜੇ ਯਾਤਰੀ ਪ੍ਰੋਗਰਾਮ ਜਿਹੜੇ ਡੂ ਯੂ ਥਿੰਕ ਮਿਸਟਰ ਸੋਨੀ ਇਟ ਇਜ਼ ਪੋਸੀਬਲ ਵਿਦਆਊਟ ਫੰਡਸ? ਹਾਂਜੀ, ਇਟ ਇਜ਼ ਪੋਸੀਬਲ ਵਿਦਆਊਟ ਫੰਡਸ ਤੋਂ ਬਿਨਾ ਕੋਈ ਵੀ ਪਿਛਲੇ ਸਾਲ ਗੁਰਪੁਰਬ ਮਨਾਇਆ ਜਾ ਸਕਦਾ ਹੈ? ਫੰਡਸ ਤੇ ਜ਼ਰੂਰਤ ਹੈ ਪਰ ਉਹ ਪਿਛਲੇ ਸਾਲ ਅਲਾਟ ਹੋ ਗਏ ਸੀ। ਇਸ ਸਾਲ ਅਗਰ ਬਜਟ ਵਿੱਚ ਨਹੀਂ ਵੀ ਕਿਹਾ ਤੇ ਪਿਛਲੇ ਸਾਲ ਇਸ ਤੋਂ ਜਿਹੜੇ ਪੂਰਾ ਕੀਤਾ ਨੇ ਕਿ ਅਸੀਂ ਅਗਲੇ ਸਾਲ ਮਨਾਉਣਾ ਉਹ ਬਜਟ ਦੇ ਵਿੱਚ ਇਸ ਸਾਲ ਖਰਚ ਕਰ ਹੀ ਰਹੇ ਨਾ।
ਇੱਥੇ ਵੀ ਅੰਬੈਸੀਆਂ ਵਿੱਚ ਮੈਂ ਦੇਖਿਆ ਖਰਚ ਕਰ ਰਹੇ ਨੇ। ਕਿੰਨਾ ਕਿੰਨਾ ਬਜਟ ਦਿੱਤਾ ਪਿਛਲੇ ਸਾਲ? ਮੈਨੂੰ ਧਿਆਨ ਨਹੀਂ ਹੈ, ਮੈਂ ਦੇਖਣਾ ਪਏਗਾ ਕਿੰਨਾ ਹੈ, ਪਰ ਜਿਤਨੇ ਪੈਸੇ ਜਿਤਨੇ ਬਜਟ ਦੀ ਜ਼ਰੂਰਤ ਹੈ ਉਹ ਸਾਰੇ ਮਿਲਣਗੇ। ਉਹ ਬਜਟ ਵੀ ਜਿਹੜਾ ਸੀਗਾ ਊਠ ਦੇ ਮੂੰਹ ਦੇ ਵਿੱਚ ਜੀਰਾ ਸੀਗਾ, ਲੇਕਿਨ ਹੁਣ ਸਾਰੀ ਸਾਰੀ ਜਿਹੜੀ ਕੌਮ ਹੈ ਇਸ ਗੱਲ ਦੇ ਉੱਤੇ ਨਜ਼ਰ ਬਣਾਈ ਹੋਈ ਸੀ ਕਿ ਮੋਦੀ ਸਾਹਿਬ ਕੁਝ ਨਾ ਕੁਝ ਲੈ ਕੇ ਆਉਣਗੇ ਬਜਟ 550 ਪ੍ਰਕਾਸ਼ਪੁਰ ਨੂੰ ਲੈ ਕੇ। ਆ ਤਾਂ ਲੋਕ ਪੂਰੇ ਵਿਸ਼ਵ ਦੇ ਅਗਰ ਮੈਂ ਗੱਲ ਕਰਾਂ ਹਰ ਕਿਸੇ ਦੇ ਗੁਰੂ ਨੇ ਔਰ ਇਹਨਾਂ ਨੂੰ ਹਰ ਧਰਮ ਦੇ ਲੋਕ ਮੰਨਦੇ ਹਨ। ਔਰ ਦੂਜੀ ਗੱਲ ਅਗਰ ਮੈਂ ਕਰਤਾਰਪੁਰ ਲਾਂਘੇ ਦੇ ਵੱਲ ਚਲੇ ਜਾਵਾਂ ਤੇ ਹਜੇ ਤੱਕ ਜਿਹੜਾ ਡਿਪਲੋਮੈਟਿਕ ਰਿਲੇਸ਼ਨਸ਼ਿਪ ਹੈ ਕਿਸੇ ਹੋਰ ਗੱਲਾਂ ਨੂੰ ਲੈ ਕੇ ਵਿਚਾਰ ਨਹੀਂ ਹੋ ਰਿਹਾ, ਲੇਕਿਨ ਕਰਤਾਰਪੁਰ ਲਾਂਘੇ ਨੂੰ ਲੈ ਕੇ ਵਿਚਾਰ ਹੋ ਰਿਹਾ, ਉਹਦੇ ਵਿੱਚ ਵੀ ਦੇਰੀ ਹੋ ਰਹੀ ਹੈ ਕਿ ਤੁਹਾਨੂੰ ਲੱਗਦਾ ਵਾਕਈ ਹੀ ਵਚਨਬੰਧ ਹੈ ਮੋਦੀ ਸਰਕਾਰ ਜਾਂ ਫਿਰ ਬੀਜੇਪੀ ਗਵਰਨਮੈਂਟ? ਕਰਤਾਰਪੁਰ ਮਾਰਗ ਵੀ ਜੇਲੇ ਉਹਨਾਂ ਨੇ ਡੇਟ ਕਹੀ ਹੋਈ ਹੈ 12 ਨਵੰਬਰ ਨੂੰ ਖੁੱਲ੍ਹੇਗਾ, ਜ਼ਰੂਰ ਖੁੱਲ੍ਹੇਗਾ, ਉੱਥੇ ਵੀ ਵੱਡੀ ਤਰ੍ਹਾਂ ਵੱਡੇ ਪੱਧਰ 'ਤੇ ਸਮਾਗਮ ਹੋਏਗਾ। ਅਸੀਂ ਹੁਣ ਪਿੱਛੇ ਆਏ ਸਨ, ਰਾਮ ਮਾਧਵ ਜੀ ਆਏ ਸਨ ਪਿਛਲੇ ਹਫ਼ਤੇ ਹੀ ਇੱਥੇ ਸਨ, ਇਸ ਚੀਜ਼ ਦੇ ਉੱਤੇ ਉਹ ਵਚਨਬੱਧ ਹਨ ਪ੍ਰਧਾਨ ਮੰਤਰੀ ਇਸ ਚੀਜ਼ ਦੇ। ਤੁਸੀਂ ਇਹ ਕਿਉਂ ਆਪਾਂ ਮੰਨਿਆ, ਇੱਕ ਚੀਜ਼ ਪਹਿਲੀ ਗੱਲ ਤੁਸੀਂ ਇੱਕ ਚੀਜ਼ ਹੋਰ ਕਹੀ ਸੀ ਕਿ ਉਹ ਕਹਿੰਦੇ ਜੀ ਸਿੱਖ ਹਿੰਦੂ ਹਨ, ਅਸੀਂ ਹਿੰਦੂ ਨਹੀਂ ਹਾਂ, ਅਸੀਂ ਸਿੱਖ ਹਾਂ। ਮੋਦੀ ਸਾਹਿਬ ਕਹਿਣਗੇ ਇਹ ਗੱਲ? ਹਾਂਜੀ ਮੋਦੀ ਸਾਹਿਬ ਕਹਿਣਗੇ ਇਹ ਗੱਲ? ਸਾਡੇ ਤੇ ਸਾਡੀ ਸਿੱਖੀ ਤੇ ਮੁੱਦਿਆਂ ਨਾਲ ਹੀ ਭਰੀ ਹੋਈ ਹੈ। ਜਿਤਨੇ ਮੁੱਦੇ ਘੱਟ ਹੋਣ ਉਤਨੇ ਹੀ ਕਹੋ। ਹੁਣ ਜੇ ਗੱਲ ਕਰੋ ਕਿ ਸਿੱਖ ਤੇ ਹਿੰਦੂਆਂ ਦਾ, ਜੀਸਸ ਕ੍ਰਾਈਸਟ ਵਾਸ ਬੋਰਨ ਇਨ ਅ ਜੂਇਸ਼ ਫੈਮਿਲੀ, ਬਟ ਹੀ ਸਟਾਰਟਡ ਦ ਬਿਗੇਸਟ ਰਿਲੀਜਨ ਆਫ ਦ ਵਰਲਡ ਕ੍ਰਿਸਚੀਅਨਿਟੀ। ਗੁਰੂ ਨਾਨਕ ਸਾਹਿਬ ਵਾਸ ਬੋਰਨ ਇਨ ਦ ਹਿੰਦੂ ਫੈਮਿਲੀ, ਬਟ ਹੀ ਸਟਾਰਟਡ ਦ ਸਿੱਖ ਰਿਲੀਜਨ, ਐਂਡ ਦਿਸ ਇਜ਼ ਡਿਫਰੈਂਟ ਦੈਨ ਦ ਹਿੰਦੂ ਰਿਲੀਜਨ, ਨੋ ਮੈਟਰ ਵਟ ਦੇ ਸੇ। ਔਰ ਜਿਹੜਾ ਤੁਸੀਂ ਆਰਟੀਕਲ ਕਿਹਾ ਅਸੀਂ ਜ਼ਰੂਰ ਦੇਵਾਂਗੇ, ਜ਼ੋਰ ਪਾਵਾਂਗੇ ਇਸ ਨੂੰ। ਸੈਪਰੇਟ ਅਸੀਂ ਹੈਗੇ ਹਾਂ, ਸੈਪਰੇਟ ਹੀ ਸਿੱਖੀ ਔਰ ਹਿੰਦੂ ਵਿੱਚ ਮਤਲਬ ਹੈ ਕਿ ਜੇ ਹਿੰਦੂ ਫੈਮਿਲੀਆਂ ਵਿੱਚੋਂ ਆਏ ਤੇ ਉਹ ਸਿੱਖ ਬਣਨ ਨਾ। ਮਿਸਟਰ ਸੋਨੀ ਕੀ ਗੱਲ ਕਰ ਰਹੇ ਹਾਂ ਅਸੀਂ, ਉੱਥੇ ਪਟੇਲ ਸਾਹਿਬ ਦੀ ਮੂਰਤੀ ਬਣਾਉਣ ਦੇ ਲਈ ਗੁਜਰਾਤ ਦੇ ਵਿੱਚ ਇੰਨਾ ਵੱਡਾ ਫੰਡ ਇਕੱਠਾ ਕੀਤਾ ਗਿਆ, ਇੰਨੀ ਵੱਡੀ ਗ੍ਰੈਂਡ ਓਪਨਿੰਗ ਕੀਤੀ ਗਈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ, ਇਹਨਾਂ ਤੋਂ ਇੱਕ ਮੈਂ ਕਹਿੰਦਾ ਕਿ ਇਹ 55 ਕਰੋੜ ਹੀ ਕਰ ਦਿੰਦੇ, ਇੱਕ ਜੀਰੋ ਪਿੱਛੋਂ ਤੋਂ ਹਟਾ ਦਿਓ। Let's have only 55 crore for Guru Nanak Dev Ji, but there is nothing for Guru Nanak Dev Ji. Yeah, you're talking about ki we are part of the world, we are the part of India, and India is, you know, minorities are safe in India. What are you talking about, Mr. Soni? I don't think so. We have been discriminated. Whoever says that is wrong. Main utthe jamya pehla aanga, mainu we are not, eh apni feeling hai. Yes, the issue sari communities bhi hunde, sade issue zyada. ਅਸੀਂ ਚਾਹੁੰਦੇ ਹਾਂ ਕਿ ਸਾਡੇ ਵਾਸਤੇ ਇਹ ਵੀ ਹੋਵੇ ਇਹ ਵੀ ਹੋਵੇ, ਉਹ ਵਚਨਬੱਧ ਹਨ ਕਰ ਰਹੇ। ਬਾਕੀ ਤੁਸੀਂ ਕਹਿ ਰਹੇ ਹੋ ਕਿ ਮੂਰਤੀ ਦੇ ਉੱਤੇ ਇਤਨਾ ਪੈਸਾ ਲਗਾਇਆ, ਉੱਥੇ ਦੀ ਉਹ ਜ਼ਰੂਰਤ ਸੀ, ਜੇ ਸਾਨੂੰ ਕਿਸੇ ਜ਼ਰੂਰਤ ਨਹੀਂ ਸੀਗੀ, ਮਤਲਬ ਤੁਹਾਨੂੰ ਲੱਗਦਾ ਕਿ ਉਹ ਜ਼ਰੂਰਤ ਸੀਗੀ 550 ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ, ਉਹ ਇੰਪੋਰਟੈਂਟ ਨਹੀਂ ਸੀਗਾ ਮੋਦੀ ਸਰਕਾਰ ਦੇ ਲਈ ਬੀਜੇਪੀ ਗਵਰਨਮੈਂਟ ਦੇ? ਹੈਗਾ ਜ਼ਰੂਰ ਹੈਗਾ, ਜੇ ਨਾ ਕੁਝ ਕੀਤਾ ਤਾਂ ਅਸੀਂ ਲੰਬੇ ਦਈਏ ਨਾ। ਦੈਨ ਦੇਰ ਇਜ਼ ਜ਼ੀਰੋ ਫੰਡਸ ਇਨ ਦਿਸ ਬਜਟ। ਦੇਖੋ ਜੇ ਬਜਟ ਆਲਰੇਡੀ ਉਹਨਾਂ ਨੇ ਪਿਛਲੇ ਸਾਲ ਅਪਰੂਵ ਕਰ ਦਿੱਤਾ ਤੇ ਫਿਰ ਦੁਬਾਰਾ ਪਾਣਾ ਦੀ ਕਿਹੜੀ ਗੱਲ ਸੀ? ਫਿਰ ਮੈਂ ਤਾਂ ਉਹੀ ਪੁੱਛ ਰਿਹਾ ਕਿ ਪਿਛਲੇ ਸਾਲ ਕੀ ਅਪਰੂਵ ਕੀਤਾ ਹੈ? ਯੂ ਡੋਨਟ ਹੈਵ ਦ ਫਿਗਰਸ? ਸਾਰੇ ਗੁਰਦਾਨ ਆਈ ਕੈਨ, ਮੈਂ ਇਹੀ ਕਹਿ ਸਕਦਾ ਕਿ ਸਿਰਫ ਕੁਝ ਨਹੀਂ, ਸਿਰਫ ਹੱਥ ਦੇ ਵਿੱਚ ਸਾਨੂੰ ਇੱਕ ਤਰੀਕੇ ਨਾਲ ਕੋਈ ਸੁਗਾਤ ਛੋਟੀ ਜੀ ਵੀ ਨਹੀਂ ਫੜਾਈ। ਸਭ ਕੁਝ ਦੇਣਗੇ, ਸਭ ਕੁਝ ਦਿੱਤਾ ਹੈ, ਔਰ ਅਸੀਂ ਐਵੇਂ ਮਤਲਬ ਹੈ ਕਿ ਹਰ ਚੀਜ਼ ਨੂੰ ਖਿੱਚੀ ਜਾਈਏ ਕਿ ਸਾਨੂੰ ਇਹ ਨਹੀਂ ਮਿਲਿਆ, ਇਹ ਨਹੀਂ ਮਿਲਿਆ, ਤੇ ਸਾਨੂੰ ਤੇ ਮਤਲਬ ਹੈ ਕਿ ਚਲੋ ਠੀਕ ਹੈ, ਮੈਂ ਸਮਝਦਾ ਤੁਸੀਂ ਕਹਿੰਦੇ ਕਿ ਨਹੀਂ ਮਿਲਿਆ, ਪੋਜ਼ਿਟਿਵ ਤੁਸੀਂ ਕਹਿੰਦੇ ਨਹੀਂ ਮਿਲਿਆ, ਜੇ ਨਹੀਂ ਮਿਲਿਆ ਤਾਂ ਕਮਸ ਟੂ ਪੰਜਾਬ, ਵੈਨ ਇਟ ਕਮਸ ਟੂ ਪੰਜਾਬ देयर ਇਜ਼ ਨਥਿੰਗ ਫॉर ਪੰਜਾਬ ਐਸ ਵੈਲ। ਪੰਜਾਬ ਦੇ ਵੀ ਵਚਨਬੰਦ ਨਹੀਂ ਹੋਏ, ਪੰਜਾਬ ਵਿੱਚ ਹੋਰ ਕੀ ਚਾਹੀਦਾ ਸਾਨੂੰ? ਕਿਸਾਨਾਂ ਦਾ ਕਰਨਗੇ ਜੋ ਵੀ ਕਿਸਾਨਾਂ ਦਾ, ਕਿਸਾਨਾਂ ਦਾ, ਮੈਂ ਤਾਂ ਚਲੋ ਕਹਿੰਦਾ ਪੰਜਾਬ ਛੱਡੋ, ਇੰਡੀਆ ਦੇ ਵਿੱਚ ਵਸਦੇ ਹਰ ਸੂਬੇ ਦੇ ਵਿੱਚ ਕਿਸਾਨਾਂ ਦੇ ਲਈ ਕੀ ਕੀਤਾ, ਜੋ ਕਿ ਰੀੜ ਦੀ ਹੱਡੀ ਹੈ ਭਾਰਤ ਦੀ, ਜੋ ਕਿ ਰੀੜ ਦੀ ਹੱਡੀ ਹੈ, ਪੰਜਾਬ ਜਿਹੜਾ ਉਹ ਅੰਨਦਾਤਾ ਹੈਗਾ ਭਾਰਤ ਦਾ, ਕੀ ਕੀਤਾ ਉਹਨਾਂ ਨੇ? ਬਿਲਕੁਲ ਆਈ ਐਗਰੀ, ਬਿਲਕੁਲ ਆਈ ਐਗਰੀ, ਔਰ ਅੱਗੇ ਵੀ ਜਿਹੜੀ ਵੀ ਜੋ ਕੁਝ ਹੋ ਸਕੇਗਾ, ਪਤਾ ਸਾਰੇ ਤੇ ਮੰਗ ਰਹੇ ਆ, ਸਾਰੇ ਹੀ ਕਹਿ ਰਹੇ ਕਿਸਾਨਾਂ ਵਾਸਤੇ ਕਰੋ, ਔਰ ਮੋਦੀ ਵੀ ਕਹਿ ਰਿਹਾ ਕਿ ਕਿਸਾਨਾਂ ਦੇ ਵਾਸਤੇ ਕਰੋ,
ਜਿਹੜੇ ਚੀਜ਼ ਅੱਗੇ ਹੁਣ ਉਹਨਾਂ ਨੇ ਟਰਮ ਲਈ ਹੈ ਦੂਸਰੀ ਟਰਮ, ਲੈਟਸ ਸੀ ਹਾਊ ਦੇ ਹਾਊ ਵੀ ਆਪਰੇਟ ਹਾਊ ਦੇ ਆਪਰੇਟ। ਤੋ ਮਿਸਟਰ ਸੋਨੀ, ਦੈਟਸ ਦਾ ਪ੍ਰੈਸ਼ਰ ਵੀ ਵਾਂਟ, ਦੈਟ ਯੂ ਸ਼ੁੱਡ ਮੇਕ ਅ ਪ੍ਰੈਸ਼ਰ ਟੂ ਦੀ ਸੈਂਟਰਲ ਗਵਰਨਮੈਂਟ, ਉੱਥੇ ਬਣਾਓ ਕੇਂਦਰ ਸਰਕਾਰ ਦੇ ਵਿੱਚ, ਤਾਂ ਕਿ ਇੱਕ ਸਿੱਖ ਡਾਇਸਪੋਰਾ ਆਪਣੀ ਆਵਾਜ਼ ਨੂੰ ਬੁਲੰਦ ਕਰੇ। ਠੀਕ ਹੈ, ਅਸੀਂ ਮੰਨਦੇ ਹਾਂ ਇਸ ਗੱਲ ਨੂੰ ਕਿ ਤੁਸੀਂ ਇੱਥੇ ਵੱਖ ਵੱਖ ਅੰਬੈਸੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾ ਰਹੇ ਹੋ, ਲੇਕਿਨ ਜਿਹੜਾ ਡਾਇਸਪੋਰਾ ਇੱਕ ਮੰਗ ਕਰਦਾ ਕਿ ਪੰਜਾਬ ਨੂੰ ਕੁਝ ਦਿੱਤਾ ਜਾਂਦਾ, ਬਜਟ ਦੇ ਵਿੱਚ ਬਕਾਇਦਾ ਇੱਕ ਐਲਾਨ ਕੀਤਾ ਜਾਂਦਾ, ਦੇਰ ਇਜ਼ ਨਥਿੰਗ, ਵੀ ਆਰ ਕਮਿੰਗ ਓਨਲੀ ਵਿਦ ਐਂਟੀ ਹੈਂਡਸ, ਆਪਾਂ ਸਿਰਫ ਖਾਲੀ ਹੱਥ ਵਾਪਸ ਮੁੜ ਕੇ ਆ ਗਏ ਉੱਥੋਂ ਦੀ। ਨਹੀਂ, ਐਮਟੀ ਹੈਂਡਸ ਦੇ ਉੱਥੇ ਲੈਣ ਵਾਲੇ ਇਹ ਗੱਲ ਤੇ ਨਹੀਂ ਹੈ ਐਮਟੀ ਹੈਂਡਸ, ਮੈਂ ਅਜੇ ਗੁਰਪੁਰਬ ਵਾਸਤੇ ਕਹਿ ਰਿਹਾ ਕਿ ਇਹਨਾਂ ਨੇ ਪਿਛਲੇ ਸਾਲ ਆਲਰੇਡੀ ਮਨਜ਼ੂਰੀ ਦਿੱਤੀ ਹੋਈ ਹੈ, ਅਗਰ ਕਿਸੇ ਚੀਜ਼ ਦੀ ਕਮੀ ਰਹੇਗੀ ਤਾਂ ਅਸੀਂ ਕੰਪਲੇਂਟ ਕਰਾਂਗੇ। ਨਾ ਕਰਤਾਰਪੁਰ ਲਾਂਘੇ ਨੂੰ ਲੈ ਕੇ ਕੋਈ ਰੋਡ ਮੈਪ ਸਾਨੂੰ ਨਜ਼ਰ ਆ ਰਿਹਾ ਹੈ, ਸਾਰੇ ਸਿੱਖਾਂ ਦੀ ਆਸ, ਸਭ ਹਰ ਕੋਈ ਸ਼ਰਧਾ ਦੇ ਜਿਹੜੇ ਆਪਣੇ ਪਲ ਨੇ ਔਰ ਆਪਣੇ ਸ਼ਰਧਾ ਜਿਹੜੀ ਹੈ ਉਹ ਭੇਟ ਕਰਨਾ ਚਾਹੁੰਦਾ ਹੈ ਗੁਰੂ ਸਾਹਿਬ ਨੂੰ, ਉਹਦੇ ਲਈ ਵੀ ਕੁਝ ਨਜ਼ਰ ਨਹੀਂ ਆ ਰਿਹਾ। ਕਿਸ ਭਾਰਤ ਦੀ ਅਸੀਂ ਗੱਲ ਕਰ ਰਹੇ ਹਾਂ, ਕਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਸਬਕਾ ਸਾਥ ਸਬਕਾ ਵਿਕਾਸ, ਕਿੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਹਾਂਜੀ ਭਾਰਤ ਦੇ ਵਿੱਚ ਘੱਟ ਗਿਣਤੀ ਮਹਿਫੂਜ਼ ਹੈਗੀ ਹੈ। ਬਿਲਕੁਲ, ਸਾਰੀ ਚੀਜ਼ਾਂ ਕਰਤਾਰਪੁਰ ਮਾਰਗ ਤੇ ਖੋਲਣ ਦੇ ਉੱਤੇ ਪ੍ਰਤੀਬੰਧਨ ਪੂਰਾ ਉਸ ਦੇ ਉੱਤੇ ਹੋਏਗਾ। ਅਜੇ ਨਵੰਬਰ ਤੱਕ ਵੇਟ ਕਰੋ, ਇੱਕ ਮਹੀਨੇ ਦੀ ਗੱਲ ਹੁੰਦੀ ਹੈ, ਰੋਡ ਬਣਨੀਆਂ ਕੋਈ ਕੰਮ ਸ਼ੁਰੂ ਹੈ ਉੱਥੇ, ਉੱਥੇ ਸਾਰਾ ਕੰਮ ਸ਼ੁਰੂ ਹੈ। ਹੁਣ ਅਸੀਂ ਜਾ ਕੇ ਮੈਂ ਹੁਣ ਗਿਆ ਸੀ ਪਿੱਛੇ ਜੁਲਾਈ ਦੇ ਵਿੱਚ, ਅਪ੍ਰੈਲ ਮਈ ਦੇ ਵਿੱਚ ਕੰਮ ਸ਼ੁਰੂ ਹੈ ਔਰ ਉੱਥੇ ਪੂਰਾ ਹੋਏਗਾ, ਤਾਂ ਤੱਕ ਤਾਂ ਹੀ ਕੰਮ ਹੋਏਗਾ ਨਾ, ਜੇ ਪੂਰਾ ਹੋਏਗਾ ਤੇ ਕੰਮ ਲੱਗਿਆ ਹੋਇਆ। ਅਸੀਂ ਐਗਰੀ ਕਰ ਲੈਨੇ ਆ, ਅਸੀਂ ਐਗਰੀ ਕਰ ਲੈਨੇ ਆ, ਜੇਕਰ ਨਹੀਂ ਹੋਇਆ ਤਾਂ ਫਿਰ ਤੁਹਾਨੂੰ ਲਿਆਵਾਂਗੇ ਅਸੀਂ। ਬਿਲਕੁਲ ਬਿਲਕੁਲ ਬਿਲਕੁਲ, ਇਹ ਗੱਲ ਅਸੀਂ ਪੂਰੇ ਮੁੱਦੇ ਤੇ ਸਿੱਖਾਂ ਦੇ ਮੁੱਦੇ ਤੇ ਖੜੇ ਹੋਏ ਆ, ਡਟੇ ਹੋਏ ਆ, ਸਾਨੂੰ ਕੋਈ ਜ਼ਰੂਰਤ ਨਹੀਂ ਹੈ ਤੂੰ ਉੱਧਰ ਜਾ। ਚਲੋ ਫਿਰ ਇੱਕ ਬਜਟ ਪਾਸ ਕਰਾਓ 550 ਕਰੋੜ ਦਾ ਫਿਰ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ ਆਲਵਾਲੀਆ ਸਾਹਿਬ, ਤੁਹਾਡੀ ਸੰਗਤ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ। ਅਤੇ ਮੇਰੇ ਨਾਲ ਇੰਡੀਆ ਤੋਂ ਇਕਾਨਮਿਸਟ ਵੀ ਜੁੜੇ ਹੋਏ ਹਨ, ਜੋ ਕਿ ਦੱਸਣਗੇ ਕਿ ਆਖਿਰਕਾਰ ਪੰਜਾਬ ਨੂੰ ਕਿਉਂ ਕੁਛ ਨਹੀਂ ਮਿਲਿਆ ਔਰ ਕਿਸਾਨਾਂ ਦੇ ਲਈ ਕੀ ਕੁਝ ਵੱਡਾ ਆਇਆ ਜਾ ਸਕਦਾ ਸੀਗਾ, ਉਸ ਦੇ ਉੱਤੇ ਵੀ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਆਕਾਸ਼ ਜਿੰਦਲ ਮੇਰੇ ਨਾਲ ਜੁੜਨਗੇ ਸਕਾਈਪ ਦੇ ਜ਼ਰੀਏ ਇੰਡੀਆ ਤੋਂ, ਉਹਨਾਂ ਨਾਲ ਵੀ ਅਸੀਂ ਵਿਚਾਰ ਕਰਾਂਗੇ, ਲੇਕਿਨ ਫਿਲਹਾਲ ਮੈਂ ਇੱਥੇ ਰੁਕ ਰਿਹਾ ਇੱਕ ਨਿੱਕੇ ਜਿਹੇ ਵਕਫੇ ਲਈ ਔਰ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਮੈਨੂੰ ਯਾਦ ਹੈ ਇੱਕ ਬਿਆਨ ਸਾਹਮਣੇ ਆਇਆ ਸੀਗਾ ਸੁਖਬੀਰ ਬਾਦਲ ਹੋਰਾਂ ਦਾ, ਗੋਬਿੰਦ ਸਿੰਘ ਲੌਂਗੋਵਾਲ, ਹਰਸਿਮਰਤ ਕੌਰ ਬਾਦਲ, ਇਹ ਸਾਰੇ ਪਹੁੰਚੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ, ਔਰ ਜਦ ਬਾਹਰ ਆਏ ਤਾਂ ਪ੍ਰੈਸ ਕਾਨਫਰੰਸ ਬਕਾਇਦਾ ਇਹਨਾਂ ਨੇ ਕੀਤੀ ਕਿ ਅਸੀਂ ਬਿਲਕੁਲ ਗੱਲ ਕਰਕੇ ਆ ਗਏ ਹਾਂ 550 ਪ੍ਰਕਾਸ਼ ਪੁਰਬ ਨੂੰ, ਔਰ ਜੀ ਟੀ ਰੋਡ ਵਰਗਾ ਲੰਬਾ ਬਿਆਨ ਸੀਗਾ। ਮੈਨੂੰ ਯਾਦ ਹੈ ਹਜੇ ਤੱਕ ਕਿ ਮੋਦੀ ਸਾਹਿਬ ਨੇ ਕਿਹਾ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ। ਭਾਰਤ ਦਾ ਬਜਟ ਪੜਿਆ ਜਾ ਰਿਹਾ, ਉਹ ਵੀ ਉਸ ਮੌਕੇ 'ਤੇ ਜਦ 550 ਪ੍ਰਕਾਸ਼ ਪੁਰਬ ਹੈ, ਕੋਈ ਜ਼ਿਕਰ ਨਾ ਹੋਵੇ। ਖੈਰ, ਸੋਨੀ ਸਾਹਿਬ ਕਹਿ ਗਏ ਨੇ ਕਿ ਅਸੀਂ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਫਰਮਾਵਾਂਗੇ ਔਰ ਇਹ ਕੇਂਦਰ ਸਰਕਾਰ ਦੇ ਕੰਨਾਂ ਦੇ ਵਿੱਚ ਗੱਲ ਨੂੰ ਪਾਵਾਂਗੇ, ਲੇਕਿਨ ਇੱਕ ਵਾਰੀ ਜਿਹੜੇ ਹੰਝੂ ਬਾਹਰ ਆ ਗਏ ਉਹਨੂੰ ਹੁਣ ਮਿਟਾਇਆ ਨਹੀਂ ਜਾ ਸਕਦਾ, ਔਰ ਜਿਹੜੇ ਦਰਦ ਬਾਹਰ ਆ ਗਏ ਉਹਨੂੰ ਹੁਣ ਸੰਭਾਲਿਆ ਨਹੀਂ ਜਾ ਸਕਦਾ, ਪਰ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਅਤੇ ਫਿਲਹਾਲ ਅੱਜ ਅਸੀਂ ਕੋਸ਼ਿਸ਼ ਕੀਤੀ ਜਿਹੜੇ ਬੁਲਾਰੇ ਹਨ ਓਵਰਸੀਜ਼ ਦੇ, ਤਾਂ ਕਿ ਇੱਕ ਪ੍ਰੈਸ਼ਰ ਕ੍ਰੀਏਟ ਕਰਨ, ਇੱਕ ਬਕਾਇਦਾ ਮੀਟਿੰਗ ਕੀਤੀ ਜਾਏ ਔਰ ਕੇਂਦਰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾਏ, ਔਰ ਜਿਹੜੀ SGPC ਉੱਥੇ ਹੋਣ ਦੇ ਵਿੱਚ ਬੈਠੀ ਹੈ, ਜਿਹੜੀ DSGMC ਉੱਥੇ ਹੋਣ ਦੇ ਵਿੱਚ ਬੈਠੀ ਹੈ, ਜਿਹੜੀ ਅਕਾਲੀ ਭਾਜਪਾ ਸਰਕਾਰ, ਅਕਾਲੀਆਂ ਦੀ ਗੱਲ ਕਰਾਂ, ਜਿਹੜੀ ਪੀਠ ਥੱਪ ਥੱਪ ਆ ਕੇ ਕਹਿੰਦੇ ਹਨ ਕਿ ਅਸੀਂ ਸਿੱਖਾਂ ਦੇ ਮਸਲੇ ਦੇ ਲਈ ਵਚਨਬੰਧਾਂ, ਅੱਜ ਉਹ ਵੀ ਕਿੱਥੇ ਨਜ਼ਰ ਨਹੀਂ ਆ ਰਹੇ, ਕਿਹੜੀ ਗੁਫਾ ਦੇ ਵਿੱਚ ਲੁਕੇ ਹੋਏ ਨੇ ਉਹ ਵੀ ਨਜ਼ਰ ਨਹੀਂ ਆ ਰਹੇ। ਲੇਕਿਨ ਖੈਰ, ਇਸ ਬਜਟ ਦੇ ਵਿੱਚ ਪੰਜਾਬ ਦੇ ਲਈ ਵੱਡੀ ਸੌਗਾਤ ਇੱਕ ਉਮੀਦ ਦੀ ਕਿਰਨ ਸੀਗੀ ਕਿ ਆ ਸਕਦੀ ਹੈ, ਲੇਕਿਨ ਉਸ ਉਮੀਦ ਦੀ ਕਿਰਨ ਦੇ ਉੱਤੇ ਵੀ ਖਰੇ ਨਹੀਂ ਉਤਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੋਦੀ ਸਰਕਾਰ, BJP ਗਵਰਨਮੈਂਟ। ਖਾਸ ਤੌਰ ਦੇ ਉੱਤੇ ਜਦ ਮੈਂ ਕਿਸਾਨਾਂ ਦੀ ਗੱਲ ਕਰਦਾ ਤਾਂ ਸਭ ਤੋਂ ਅਹਿਮ ਵਿਸ਼ਾ ਸੀਗਾ ਸਵਾਮੀਨਾਥਨ ਰਿਪੋਰਟ, ਉਸ ਦੇ ਬਾਰੇ 1% ਵੀ ਜ਼ਿਕਰ ਨਹੀਂ ਸੀਗਾ ਬਜਟ ਦੇ ਵਿੱਚ। ਰੀੜ ਦੀ ਹੱਡੀ ਹੈ ਪੰਜਾਬ, ਜੋ ਕਿ ਪੂਰੇ ਹਿੰਦੁਸਤਾਨ ਨੂੰ, ਪੂਰੇ ਭਾਰਤ ਨੂੰ ਖਾਣਾ ਖਵਾਉਂਦੀ ਹੈ, ਲੇਕਿਨ ਉਹਦੇ ਲਈ ਕੁਝ ਵੀ ਨਹੀਂ। ਕਿਉਂ ਨਹੀਂ ਹੋਇਆ, ਕੀ ਕਮੀ ਰਹਿ ਗਈ, ਇਸ ਉੱਤੇ ਚਾਨਣਾ ਪਾਵਾਂਗੇ ਮੇਰੇ ਨਾਲ ਸਕਾਈਪ ਦੇ ਜ਼ਰੀਏ ਇੰਡੀਆ ਤੋਂ, ਇੰਡੀਆ ਦੇ ਵਨ ਆਫ ਦੀ ਟੌਪ ਇਕਾਨਮਿਸਟ ਮਿਸਟਰ ਆਕਾਸ਼ ਜਿੰਦਲ ਮੇਰੇ ਨਾਲ ਇਸ ਟਾਈਮ ਮੌਜੂਦ ਹਨ, ਉਹਨਾਂ ਤੋਂ ਲੈਂਦੇ ਹਾਂ ਟਿੱਪਣੀ। ਆਕਾਸ਼ ਜੀ, ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਉੱਤੇ, ਸਾਡੇ ਇਸ ਮੰਚ ਦੇ ਉੱਤੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਆਕਾਸ਼ ਜੀ, ਸਭ ਤੋਂ ਪਹਿਲਾਂ ਤੁਹਾਡੇ ਓਪਨਿੰਗ ਕਮੈਂਟਸ ਫੋਰ ਬਜਟ 2019 ਇੰਡੀਆ। ਸੀ, ਬਜਟ 2019 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਟ ਵਾਜ਼ ਅ ਕੰਪ੍ਰੀਹੈਂਸਿਵ ਡਾਕੂਮੈਂਟ। ਉਹਦੇ ਵਿੱਚ ਸਭ ਤੋਂ ਜਿਹੜੀ ਚੰਗੀ ਗੱਲ ਮੈਨੂੰ ਲੱਗੀ ਹੈ
ਉਹ ਇਹ ਲੱਗੀ ਹੈ 5 ਟ੍ਰਿਲੀਅਨ ਯੂਐਸ ਡਾਲਰ ਦਾ ਅਸੀਂ 2024 ਟੂ 25 ਦਾ ਟਾਰਗੇਟ ਲੈ ਕੇ ਚੱਲ ਰਹੇ ਹਾਂ ਕਿ ਸਾਡੀ ਇਕਾਨਮੀ ਐਡੀ ਵੱਡੀ ਹੋ ਜਾਏਗੀ। ਜੇ ਸਾਡੀ ਇਕਾਨਮੀ ਐਡੀ ਵੱਡੀ ਹੋ ਜਾਂਦੀ ਹੈ ਤੇ ਅਸੀਂ ਉਸ ਤਰ੍ਹਾਂ ਦੀ ਜੀਡੀਪੀ ਗਰੋਥ ਐਗਜ਼ਿਬਿਟ ਕਰ ਪਾਉਂਦੇ ਹਾਂ ਤਾਂ ਗਲੋਬਲੀ ਵੀ ਡੈਫੀਨੇਟਲੀ ਵੀ ਅ ਮੱਚ ਮੱਚ ਬਿਗਰ ਪਾਵਰ। ਆਲਰੇਡੀ ਟੂਡੇ ਵੀ ਆਰ ਅ ਗਲੋਬਲ ਪਾਵਰ ਟੂ ਰੈਕਨ ਵਿਦ। ਤਾਂ ਜਿਸ ਤਰੀਕੇ ਨਾਲ ਵੀ ਆਰ ਆਲਰੇਡੀ ਦ ਸਿਕਸ ਲਾਰਜੈਸਟ ਇਕਾਨਮੀ ਇਨ ਦ ਵਰਲਡ, ਯੂਐਸ ਦੇ ਵਿੱਚ ਤੁਸੀਂ ਬੈਠੇ ਹੋ, ਯੂਐਸ ਦੀ ਇਕਾਨਮੀ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਅਸੀਂ ਗਰੋ ਕਰ ਰਹੇ ਹਾਂ। ਦ ਇੰਟਾਇਰ ਵਰਲਡ ਇਜ਼ ਐਕਸਪੈਕਟਿਡ ਟੂ ਗਰੋ ਐਟ ਅਰਾਊਂਡ 2.7%, ਵੇਅਰ ਐਜ਼ ਵੀ ਆਰ ਕਰੰਟਲੀ ਗਰੋਇੰਗ ਐਟ 6.8%। ਤਾਂ ਸਾਡੀ ਇਕਾਨਮੀ ਦੇ ਵਿੱਚ 5 ਸਾਲ ਦਾ ਇੱਕ ਖਾਕਾ, ਇੱਕ ਬਲੂ ਪ੍ਰਿੰਟ ਤਿਆਰ ਕੀਤਾ ਗਿਆ, ਇੱਕ ਬਹੁਤ ਐਂਬੀਸ਼ੀਅਸ ਅਤੇ ਵਧੀਆ ਪਲਾਨ ਹੈ। ਇਹਦੇ ਨਾਲ ਫੋਰਨ ਇਨਵੈਸਟਮੈਂਟ ਵੀ ਇੰਡੀਆ ਦੇ ਵਿੱਚ ਆਏਗੀ ਅਤੇ ਫੋਰਨ ਇਨਵੈਸਟਮੈਂਟ ਆਏਗੀ, ਇੰਪਲੋਇਮੈਂਟ ਓਪਰਚੁਨਿਟੀਜ਼, ਹੋਰ ਸਾਰੇ ਇਸ਼ੂ ਜਿਹੜੇ ਇੰਡੀਆ ਦੇ ਨੇ। ਇੰਡੀਆ ਦੇ ਵਿੱਚ ਮੇਜਰ ਇਸ਼ੂ ਕੀ ਹੈ ਅੱਜ? ਇੰਪਲੋਇਮੈਂਟ ਓਪਰਚੁਨਿਟੀਜ਼ ਦੀ ਕਮੀ ਹੈ, ਫੋਰਨ ਇਨਵੈਸਟਮੈਂਟਸ ਦੀ ਕਮੀ ਹੈ, ਉਹ ਤੋਂ ਇਲਾਵਾ ਜੀ ਡੀ ਪੀ ਗਰੋਥ ਅਤੇ ਕੰਜਮਸ਼ਨ ਦਾ ਡੇਟਾ ਥੋੜ੍ਹਾ ਡਾਊਨ ਗਿਆ ਹੈ। ਤਾਂ ਇਹਦੇ ਨਾਲ ਇਹ ਕਾਫੀ ਇਸ਼ੂ ਜਿਹੜੇ ਹੈ ਉਹ ਐਡਰੈਸ ਹੋ ਜਾਣਗੇ। ਆਈ ਥਿੰਕ ਓਵਰਆਲ ਇਟ ਵਾਜ਼ ਅ ਗਰੋਥ ਓਰੀਐਂਟਡ ਬਜਟ, ਇਟ ਵਾਜ਼ ਅ ਪੋਜ਼ਿਟਿਵ ਬਜਟ, ਇਟ ਵਾਜ਼ ਏਮਡ ਐਟ ਮੇਕਿੰਗ ਇੰਡੀਆ ਅ ਮੱਚ ਬਿਗਰ ਇਕੋਨਮੀ। ਅਤੇ ਮੇਰਾ ਇਹ ਮੰਨਣਾ ਹੈ ਕਿ ਇਨ ਦ ਕਮਿੰਗ 10 ਈਅਰਸ ਵੀ ਵਿਲ ਬੀ ਡੈਫੀਨੇਟਲੀ ਦ ਥਰਡ ਔਰ ਫੋਰਥ ਬਿਗੈਸਟ ਇਕੋਨਮੀ ਇਨ ਦ ਵਰਲਡ। ਅੱਜ ਵੀ ਸਾਡੀ ਜੀ ਡੀ ਪੀ ਗਰੋਥ ਵੀ ਆਰ ਦ ਫਾਸਟੈਸਟ ਗਰੋਇੰਗ ਇਕੋਨਮੀ ਇਨ ਦ ਵਰਲਡ। ਚਾਈਨਾ ਤੋਂ ਇੱਕ ਕੁਆਟਰ, ਠੀਕ ਹੈ ਇੱਕ ਕੁਆਟਰ ਦੇ ਵਿੱਚ ਚਾਈਨਾ ਸਾਡੇ ਤੋਂ ਅੱਗੇ ਹੈ, ਬਟ ਦਿਸ ਈਅਰ ਇਟਸੈਲਫ ਵੀ ਆਰ ਐਕਸਪੈਕਟਿਡ ਟੂ ਗਰੋ ਐਟ ਅਰਾਊਂਡ 7%, ਵੇਅਰ ਚਾਈਨਾ ਇਜ਼ ਐਕਸਪੈਕਟਿਡ ਟੂ ਗਰੋ ਓਨਲੀ ਐਟ ਅਰਾਊਂਡ 6%, ਯੂਐਸ 2% ਦੇ। ਇਟ ਇਜ਼ ਅ ਪ੍ਰੈਡਿਕਸ਼ਨ ਔਰ ਇਟ ਇਜ਼ ਅ ਗਰੰਟਡ ਥਿੰਗ ਵੀ ਗੋਇੰਗ ਟੂ ਗੈਟ ਇਨ ਫਿਊਚਰ? ਸੀ ਆਈ ਟੈਲ ਯੂ ਵਾਟ ਹੈਜ਼ ਆਲਰੇਡੀ ਹੈਪਨਡ, ਉਹਦੇ ਨਾਲ ਜਿਹੜਾ ਹੈ ਅਸੀਂ ਫਿਊਚਰ ਦੇ ਬਾਰੇ ਜਾਣ ਸਕਦੇ ਹਾਂ ਕਿ ਪਿੱਛੇ ਕੀ ਹੋਇਆ। ਪਿਛਲੇ 5 ਸਾਲਾਂ ਦੇ ਵਿੱਚ ਇੰਡੀਆ ਦੀ ਇਕਾਨਮੀ ਐਕਸੈਪਟ ਫੋਰ 1 ਕੁਆਟਰ, ਇਟ ਹੈਜ਼ ਬੀਨ ਦ ਫਾਸਟੈਸਟ ਗੋਇੰਗ ਇਕਾਨਮੀ। ਪਿਛਲੇ 5 ਸਾਲ ਦਾ ਡੇਟਾ ਹੈ। ਵੀ ਆਰ ਆਲਰੇਡੀ ਦ 6th ਲਾਰਜੈਸਟ ਇਕਾਨਮੀ ਆਫ ਦ ਵਰਲਡ। ਹੁਣ ਉਹ ਤੋਂ ਇਲਾਵਾ ਜਿਹੜੇ ਤੁਹਾਨੂੰ ਮੈਂ ਪ੍ਰੈਡਿਕਸ਼ਨਸ ਕਹਿ ਰਹੇ ਹਾਂ, ਇਹ ਭਾਰਤ ਦੀਆਂ ਜਾਂ ਭਾਰਤ ਸਰਕਾਰ ਦੀਆਂ ਪ੍ਰੈਡਿਕਸ਼ਨ ਨਹੀਂ, ਇਹ ਉਹਨਾਂ ਏਜੰਸੀ ਦੀਆਂ ਪ੍ਰੈਡਿਕਸ਼ਨ ਨੇ, ਗਲੋਬਲ ਕ੍ਰੈਡਿਟਿੰਗ ਏਜੰਸੀ ਦੀਆਂ ਜਿਹੜੀਆਂ ਯੂਐਸ ਦੇ ਵਿੱਚ ਓਪਰੇਟ ਕਰਦੀਆਂ ਨੇ, ਜਿਹੜੀਆਂ ਗਲੋਬਲੀ ਰੈਕੋਗਨਾਈਜ਼ਡ ਏਜੰਸੀਜ਼ ਨੇ, ਉਹ ਇਹ ਕਹਿ ਰਹੀਆਂ ਨੇ ਕਿ ਪੂਰੇ ਵਰਲਡ ਦੀ ਜੀ ਡੀ ਪੀ ਗਰੋਥ 2.7% ਜਾਂ 2.8% ਹੋਣ ਦੀ ਉਮੀਦ ਹੈ। ਹਿੰਦੁਸਤਾਨ ਦੀ ਜੀ ਡੀ ਪੀ ਗਰੋਥ ਜਿਹੜੀ ਹੈ 6.5% ਤੋਂ ਲੈ ਕੇ 7% ਤੱਕ ਅੱਡ ਅੱਡ ਏਜੰਸੀਜ਼ ਪ੍ਰੋਡਿਕਟ ਕਰ ਰਹੀਆਂ। ਇਕਨੋਮਿਕ ਸਰਵੇ ਦੇ ਵਿੱਚ ਇੰਡੀਆ ਦੀ ਤਰਫ ਤੋਂ ਜੀ ਡੀ ਪੀ ਗਰੋਥ ਜਿਹੜੀ ਪ੍ਰੋਜੈਕਟ ਕੀਤੀ ਗਈ ਹੈ ਦੈਟ ਇਜ਼ ਅਰਾਊਂਡ 7%। ਉਹ ਤੋਂ ਇਲਾਵਾ ਗਲੋਬਲ ਏਜੰਸੀ ਦੀ ਚਾਈਨਾ ਦੀ ਜੀ ਡੀ ਪੀ ਗਰੋਥ ਪ੍ਰੋਡਿਕਟ ਕਰ ਰਹੀ ਹੈ ਅਰਾਊਂਡ 6%। ਯੂਐਸ ਚਾਈਨਾ ਟ੍ਰੇਡ ਵਾਰ ਨਾਲ ਆਲਰੇਡੀ ਚਾਈਨਾ ਨੂੰ ਕਾਫੀ ਨੁਕਸਾਨ ਹੋਇਆ, ਕੁਛ ਹੱਦ ਤੱਕ ਨੁਕਸਾਨ ਯੂਐਸ ਨੂੰ ਵੀ ਹੋਇਆ। ਅਤੇ ਯੂਐਸ ਦਾ ਇਰਾਨ ਦਾ ਜਿਹੜਾ ਇਸ਼ੂ ਚੱਲ ਰਿਹਾ ਹੁਣ ਸਟੇਟ ਆਫ ਹਾਰਮਸ ਦੇ ਵਿੱਚ, ਪਹਿਲਾਂ ਜਿਹੜਾ ਹੈ 2-2 ਟੈਂਕਰ ਬੰਬ ਹੋਏ ਹੁੰਦੇ ਹੈ, ਕਿਹਨੇ ਕੀਤੇ, ਆਈ ਵੋਂਟ ਸੇ ਐਨੀਥਿੰਗ ਅਬਾਊਟ ਦੈਟ। ਉਸ ਤੋਂ ਬਾਅਦ ਜਿਹੜਾ ਹੈ ਉੱਥੇ ਯੂਐਸ ਦਾ ਡਰੋਨ ਗਿਰਾਇਆ ਜਾਂਦਾ, ਉਹਦੇ ਨਾਲ ਯੂਐਸ ਅਤੇ ਜਿਹੜੇ ਇਰਾਨ ਦੀ ਟੈਂਸ਼ਨ ਚੱਲ ਰਹੀ ਹੈ, ਉਹਦੇ ਨਾਲ ਵੀ ਜਿਹੜਾ ਹੈ ਯੂਐਸ ਦੀ ਇਕੋਨਮੀ ਨੂੰ ਥੋੜ੍ਹਾ ਨੈਗੇਟਿਵ ਇੰਪੈਕਟ ਪਏਗਾ। ਵੇਅਰ ਐਸ ਇੰਡੀਆ ਇਜ਼ ਗੋਇੰਗ ਕੁਆਇਟ ਸਟਰੋਂਗ, ਕੁਆਇਟ ਡੀਸੈਂਟਲੀ ਸਟਰੋਂਗ। ਅਤੇ ਮੇਰੇ ਹਿਸਾਬ ਨਾਲ ਯੂਐਸ ਅਤੇ ਯੂਰਪ ਤੋਂ ਕਾਫੀ ਇਨਵੈਸਟਮੈਂਟਸ ਇੰਡੀਆ ਦੇ ਵਿੱਚ ਆਉਣਗੀਆਂ। ਐਂਡ ਵਟ ਅਬਾਊਟ ਇੰਡੋ ਯੂਐਸ ਟ੍ਰੇਡ? ਇੰਡੋ ਯੂਐਸ ਟ੍ਰੇਡ ਦੇ ਵਿੱਚ ਸਾਡੀਆਂ ਕੁਝ ਜਿਹੜੀਆਂ ਹੈ ਸ਼ਿਕਾਇਤਾਂ ਨੇ ਅਮੈਰੀਕਾ ਦੇ ਪ੍ਰਤੀ, ਅਤੇ ਡੋਨਲਡ ਟਰੰਪ ਸਾਹਿਬ ਨੂੰ ਉਹ ਸ਼ਿਕਾਇਤਾਂ ਕਮਿਊਨੀਕੇਟ ਵੀ ਹੋਈਆਂ। ਦੇਖੋ, ਹਿੰਦੁਸਤਾਨ ਯੂਐਸ ਦਾ ਇੱਕ ਬਹੁਤ ਵਧੀਆ ਦੋਸਤ, ਬਹੁਤ ਵਧੀਆ ਬਿਜ਼ਨਸ ਪਾਰਟਨਰ ਰਿਹਾ ਹੈ, ਤੇ ਇਸ ਲਈ ਜਿਹੜਾ GSP ਵਿਦਡਰਾਅਲ ਕੀਤਾ ਗਿਆ, ਜਨਰਲਾਈਜ਼ਡ ਸਟੇਟ ਆਫ ਪ੍ਰੈਫਰੈਂਸਿਸ ਬੜਾ ਵਿਦਡਰਾਅ ਕੀਤਾ ਗਿਆ, ਦੈਟ ਵਾਸ ਨਾਟ ਗੁੱਡ। ਉਹ ਤੋਂ ਬਾਅਦ ਇੰਡੀਆ ਨੇ ਵੀ ਟੈਰਿਫ, ਸਾਡੇ ਕੋਲ ਵੀ ਹਿੰਦੁਸਤਾਨ ਦੀ ਸਰਕਾਰ ਕੋਲ ਕੋਈ ਆਪਸ਼ਨ ਨਹੀਂ ਸੀਗੀ, ਟੈਰਿਫ ਉਹ ਤੋਂ ਬਾਅਦ ਇੰਪੋਜ਼ ਕੀਤੇ ਗਏ, ਬਟ ਫਿਰ ਵੀ ਮੈਂ ਐਕਸਪੈਕਟ ਕਰਦਾ ਇਹ ਸੌਰਟ ਆਊਟ ਕੀਤੀਆਂ ਜਾਣਗੀਆਂ। ਪਲੱਸ ਯੂਐਸ ਦੀ ਸਰਕਾਰ ਨੂੰ ਇੱਕ ਪਿਆਰ ਭਰਾ ਜਿਹੜਾ ਮੈਂ ਮੈਸੇਜ ਦੱਸਣਾ ਚਾਹੁੰਦਾ ਕਿ ਦੇਖੋ, ਯੂਐਸ ਨੇ ਚਾਈਨਾ ਨਾਲ ਇੰਨੀ ਲੰਬੀ ਟ੍ਰੇਡ ਵਾਰ ਕੀਤੀ, ਕੀ ਪੱਲੇ ਪਿਆ, ਦੇਸੀ ਭਾਸ਼ਾ ਦਾ ਇਸਤੇਮਾਲ ਕਰਾਂਗਾ, ਚਾਈਨਾ ਦਾ ਤਾਂ ਨੁਕਸਾਨ ਹੋਇਆ ਹੋਇਆ, ਬਟ ਯੂਐਸ ਆਲਸੋ ਨਾਟ ਹੈਜ਼ ਨਾਟ ਗੇਨਡ। ਯੂਐਸ ਦਾ ਇਰਾਨ ਨਾਲ ਕਰੰਟ ਇਸ਼ੂ ਚੱਲ ਰਿਹਾ, ਉਹਦੇ ਵਿੱਚ ਵੀ ਯੂਐਸ ਹੈਜ਼ ਨਾਟ ਗੇਨਡ। ਤਾਂ ਇੱਕ ਪਾਸੇ ਤਾਂ ਚਾਈਨਾ ਵਰਗੇ ਕੰਟਰੀਜ਼ ਨੇ, ਇਰਾਨ ਵਰਗੇ ਕੰਟਰੀ ਨੇ, ਦੂਜੇ ਪਾਸੇ ਡੋਨਲਡ ਟਰੰਪ ਸਾਹਿਬ ਨੂੰ ਦੇਖਣਾ ਚਾਹੀਦਾ, ਹਿੰਦੁਸਤਾਨ ਵਰਗਾ ਇੱਕ ਮਿੱਤਰ ਕੰਟਰੀ ਹੈ, ਇੱਕ ਦੋਸਤ ਕੰਟਰੀ ਹੈ, ਜਿਹੜੇ ਹਮੇਸ਼ਾ ਯੂਐਸ ਦੇ ਨਾਲ ਪੋਲੀਟੀਕਲੀ ਵੀ ਬਿਜ਼ਨਸ ਵਾਈਜ਼ ਵੀ ਦੋਸਤੀ ਨਿਭਾਈ ਹੈ, ਦੋਸਤੀ ਨੂੰ ਵਧਾਇਆ ਹੈ। ਤਾਂ ਸਾਡੇ ਨਾਲ ਹੱਥ ਮਿਲਾ ਕੇ ਚੱਲਣ, ਦੋਨਾਂ ਇਕੋਨਮੀਜ਼ ਦਾ, ਦੋਨਾਂ ਕੰਟਰੀਜ਼ ਦਾ ਫਾਇਦਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਹੈਜ਼ ਟੂ ਬੀ ਦ ਆਈਦਰ ਥਰਡ ਔਰ ਫੋਰਥ ਲਾਰਜੈਸਟ ਇਕੋਨਮੀ। ਅਸੀਂ ਜਿਹੜਾ ਹੈ ਉਹ ਇਕੋਨਮੀ ਹੈ ਜਿਹੜੇ ਹਮੇਸ਼ਾ ਦੋਸਤੀ ਦਾ ਪਿਆਰ ਭਰਾ ਉਹਨਾਂ ਨਾਲ ਰੱਖਿਆ ਹੋਇਆ, ਚਾਹੇ ਓਬਾਮਾ ਸਾਹਿਬ ਦੇ ਟਾਈਮ ਜਾਂ ਟਰੰਪ ਸਾਹਿਬ ਦੀ ਜੁਆਇਨਿੰਗ ਤੋਂ ਬਾਅਦ ਵੀ। ਆਈ ਥਿੰਕ ਗੋਇੰਗ ਅਹੈਡ ਮੇਰੇ ਹਿਸਾਬ ਨਾਲ ਇਹ ਇਸ਼ੂ ਸੋਰਟ ਆਊਟ ਹੋਣੇ ਚਾਹੀਦੇ ਹੈ। ਜਿੱਥੋਂ ਤੱਕ ਹੈ ਕਿ ਅਸੀਂ ਟੈਰਿਫਸ ਘਟਾਈਏ, ਵੀ ਆਰ ਇਨ ਇਮਰਜਿੰਗ ਇਕੋਨਮੀ, ਅਸੀਂ ਇਮਰਜ ਕਰ ਰਹੇ ਹਾਂ, ਸਾਨੂੰ ਥੋੜ੍ਹੀ ਜਿਹੜੀ ਹੈ ਇਸ ਟਾਈਮ ਜ਼ਰੂਰਤ ਇਹ ਹੈ ਕਿ ਸਾਨੂੰ ਜਿਹੜਾ ਹੈ ਵੱਡੀਆਂ ਇਕੋਨਮੀਜ਼ ਹੈਲਪ ਕਰਨ, ਤਾਂ ਕਿ ਅਸੀਂ ਵੀ ਉਸ ਲੈਵਲ 'ਤੇ ਚੱਲੀਏ। ਸਾਡੇ ਕਈ ਤਰ੍ਹਾਂ ਦੇ ਇਸ਼ੂਜ਼ ਨੇ, ਸਾਡੇ ਕੋਲ ਇੱਕ ਹਿਊਜ ਪਾਪੂਲੇਸ਼ਨ ਹੈ,
ਸਾਡੇ ਰਿਸੋਰਸਿਸ ਲਿਮਿਟਿਡ ਨੇ, ਤਾਂ ਇਸ ਲਈ ਵੀ ਆਰ ਗਰੋਇੰਗ। ਐਂਡ ਯੂ ਐਸ ਹਮੇਸ਼ਾ ਕਲੇਮ ਕਰਦਾ ਕਿ ਮੈਂ ਇਮਰਜਿੰਗ ਇਕਨੋਮੀ ਦੂਜੀਆਂ ਇਕਨੋਮੀਜ਼ ਨੂੰ ਹੈਲਪ ਕਰਾਂਗਾ, ਤਾਂ ਯੂ ਐਸ ਨੂੰ ਉਹ ਚੀਜ਼ ਦੇਖਣੀ ਚਾਹੀਦੀ ਹੈ। ਤਾਂ ਆਈ ਥਿੰਕ ਗੋਇੰਗ ਅਹੈਡ ਆਈ ਐਕਸਪੈਕਟ ਥਿੰਗਸ ਟੂ ਬੀ ਸੋਰਟਡ ਆਊਟ, ਐਂਡ ਦੈਟ ਸੋਰਟਿੰਗ ਆਊਟ ਵੁੱਡ ਵਰਕ ਵੈਲ ਫੋਰ ਯੂ ਐਸ ਐਜ਼ ਵੈਲ ਐਜ਼ ਫੋਰ ਇੰਡੀਆ। ਚਲੋ ਲੈਟਸ ਸੀ, ਲੈਟਸ ਹੋਪ ਫੋਰ ਦਾ ਬੈਸਟ। ਬਟ ਮਿਸਟਰ ਜਿੰਦਲ, ਮੇਰੇ ਦਿਮਾਗ 'ਚ ਇੱਕ ਸਵਾਲ ਜ਼ਰੂਰ ਆਇਆ, ਮੈਂ ਉਹ ਪੁੱਛਣਾ ਚਾਹੁੰਦਾ ਸੀਗਾ। ਅੱਜ ਵੀ ਸਾਡੇ ਐਨ ਆਰ ਆਈ ਭਰਾ 2014 ਤੋਂ ਬਾਅਦ ਉਹ ਕੌਨਫੀਡੈਂਸ ਲੈਵਲ ਪੈਦਾ ਨਹੀਂ ਕਰ ਪਾ ਰਹੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਨ ਆਰ ਆਈ ਭਰਾਵਾਂ ਦੇ ਅੰਦਰ। ਔਰ ਜਦ ਮੈਂ ਗੱਲ ਐਨ ਆਰ ਆਈ ਭਰਾਵਾਂ ਦੀ ਕਰਦਾ ਤਾਂ ਮੈਂ ਨੌਰਥ ਅਮੈਰੀਕਾ ਦੀ ਗੱਲ ਕਰਦਾ। ਅੱਜ ਉਹ ਇਨਵੈਸਟਮੈਂਟ ਨਹੀਂ ਕਰਨਾ ਚਾਹੁੰਦੇ ਇੰਡੀਆ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਜੇਕਰ ਉਹਨਾਂ ਨੇ ਇਨਵੈਸਟਮੈਂਟ ਕੀਤੀ ਤਾਂ ਪੈਸਾ ਉਹਨਾਂ ਦਾ ਡੁੱਬ ਜਾਏਗਾ। ਮੈਕਸੀਮਮ ਸਟਰੈਂਥ ਜਿਹੜੀ ਐਨ ਆਰ ਆਈ ਭਰਾਵਾਂ ਦੀ ਉਹ ਇਸ ਗੱਲ ਨੂੰ ਸੋਚਦੀ ਹੈ, ਉਹਦੀ ਕੀ ਕਮੀ ਰਹੇਗੀ, ਇਸ ਸਵਾਲ ਦਾ ਵੀ ਜਵਾਬ ਮੈਂ ਤੁਹਾਡੇ ਤੋਂ ਜ਼ਰੂਰ ਲਵਾਂਗਾ। ਲੇਕਿਨ ਫਿਲਹਾਲ ਮੈਂ ਇੱਕ ਨਿੱਕੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਲਵਾਂਗਾ ਇਸ ਸਵਾਲ ਦਾ ਜਵਾਬ। ਦੋਸਤੋ ਮੁੜ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ। ਵਿਚਾਰ ਕਰ ਰਹੇ ਸੀਗੇ ਇੰਡੋ ਯੂ ਐਸ ਟ੍ਰੇਡ ਨੂੰ ਲੈ ਕੇ, ਬਜਟ 2019 ਜੋ ਕੇਂਦਰ ਸਰਕਾਰ ਨੇ ਪਾਸ ਕੀਤਾ ਉਹਦੇ ਵਿੱਚ ਕੀ ਕੁਝ ਤਬਦੀਲੀਆਂ ਲਿਆਉਂਦੀਆਂ ਗਈਆਂ ਹਨ, ਔਰ ਜੇਕਰ ਅਸੀਂ ਇਨਵੈਸਟਮੈਂਟ ਦੀ ਗੱਲ ਕਰੀਏ ਕਿ ਕੀ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ 2014 ਤੋਂ ਬਾਅਦ, ਕਈ ਸਾਰੇ ਜਿਹੜੇ ਸਾਡੇ ਐਨ ਆਰ ਆਈ ਭਰਾ ਹਨ ਉਹ ਕਿਉਂ ਘਬਰਾਉਂਦੇ ਹਨ ਇੰਡੀਆ ਦੇ ਵਿੱਚ ਇਨਵੈਸਟ ਕਰਨ ਦੇ ਲਈ, ਜਿੱਥੇ ਆਕਾਸ਼ ਜਿੰਦਲ ਸਾਨੂੰ ਕਹਿ ਰਹੇ ਹਨ ਜੋ ਕਿ ਇਕਨੋਮਿਸਟ ਇੰਡੀਆ ਤੋਂ ਜੁੜੇ ਹੋਏ ਹਨ ਕਿ ਇਨਵੈਸਟਮੈਂਟ ਇੰਡੀਆ ਦੇ ਵਿੱਚ ਕੀਤੀ ਜਾ ਸਕਦੀ ਹੈ ਔਰ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਸਿਕਿਓਰ ਹੋਏਗਾ ਇੰਡੀਆ ਦੇ ਵਿੱਚ, ਉਸ ਸਵਾਲ ਦਾ ਜਵਾਬ ਲੈ ਲੈਂਦੇ ਹਾਂ। ਫਿਰ ਪੰਜਾਬ ਸੈਂਟ੍ਰਿਕ ਦੀ ਵੀ ਗੱਲ ਕਰਾਂਗੇ ਕਿ ਪੰਜਾਬ ਦੇ ਲਈ ਵੀ ਕੋਈ ਵੱਡੀ ਸੌਗਾਤ ਜਿਹੜੀ ਹੈ ਇਸ ਬਜਟ ਦੇ ਵਿੱਚ ਕਿਉਂ ਨਹੀਂ ਰੱਖੀ ਗਈ, ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਲਈ। ਸਭ ਤੋਂ ਪਹਿਲਾਂ ਸਵਾਲ ਆਕਾਸ਼ ਜੀ ਅਬਾਊਟ ਦੀ ਇਨਵੈਸਟਮੈਂਟ, ਕਿ ਐਨ ਆਰ ਆਈ ਭਰਾ ਅੱਜ ਵੀ ਉਹ ਕੌਨਫੀਡੈਂਸ ਲੈਵਲ ਆਪਣੇ ਅੰਦਰ ਨਹੀਂ ਲੈ ਕੇ ਆ ਸਕਦੇ ਜਾਂ ਲੈ ਕੇ ਆ ਪਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੋਰ ਦੀ ਇਨਵੈਸਟਮੈਂਟ ਫਰੋਮ ਯੂ ਐਸ ਇਨ ਟੂ ਇੰਡੀਆ? ਦੇਖੀਏ, ਸਾਡੇ ਐਨ ਆਰ ਆਈ ਭਰਾ ਸਾਡੀ ਸ਼ਾਨ ਨੇ, ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਾਂ, ਸਾਡੇ ਦੇਸ਼ ਦਾ ਉਹ ਗਰੂਰ ਨੇ। ਬਟ ਆਈ ਥਿੰਕ ਸਰਕਾਰ ਨੂੰ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਅਤੇ ਡਾਇਲੋਗ ਇਸਟੈਬਲਿਸ਼ ਕਰਨਾ ਚਾਹੀਦਾ ਸਾਡੇ ਐਨ ਆਰ ਆਈ ਭਰਾਵਾਂ ਨਾਲ, ਕਿਉਂਕਿ ਮੈਂ ਤਾਂ ਬੀਜੇਪੀ ਦੇ ਸੀਨੀਅਰ ਲੀਡਰਸ ਨਾਲ ਸ਼ੋਧ ਕਰਦਾ, ਤਾਂ ਮੈਂ ਕੈਬਨਿਟ ਮਿਨਿਸਟਰਸ ਨੂੰ ਰਿਕੁਐਸਟ ਕਰਾਂਗਾ ਰਾਧਾ ਜਦੋਂ ਵੀ ਮਿਲਾਂਗਾ ਕਿ PM ਸਾਹਿਬ ਨੂੰ ਖੁਦ ਸਾਡੇ ਜਿਹੜੇ ਐਨ ਆਰ ਆਈ ਭਰਾ ਨੇ, ਤੁਸੀਂ ਨੌਰਥ ਅਮੈਰੀਕਾ ਦੀ ਗੱਲ ਕੀਤੀ, US ਕੈਨੇਡਾ ਦੋਨਾਂ ਦੇ ਵਿੱਚ ਜਿਹੜੇ ਐਨ ਆਰ ਆਈ ਭਰਾ ਨੇ, ਮੇਰੀ ਆਰਗਨਾਈਜੇਸ਼ਨ akashjindal.in ਦੀ ਰਾਧਰ ਤੁਹਾਡੇ ਮੰਚ ਤੋਂ ਵੀ ਰਿਕੁਐਸਟ ਕਰਾਂਗਾ, ਅਤੇ ਜਿੱਥੇ ਵੀ ਮੈਨੂੰ ਹੋਰ ਮਿਲਣਗੇ ਅਡਰ TV ਚੈਨਲਸ ਆਈ ਅਪੀਅਰ ਔਨ ਆਲਮੋਸਟ ਆਲ ਦ ਲੀਡਿੰਗ ਚੈਨਲਸ ਆਫ ਇੰਡੀਆ, ਕਿ ਐਨ ਆਰ ਆਈ ਭਰਾਵਾਂ ਨਾਲ ਇੱਕ ਡਾਇਲੋਗ ਕੀਤਾ ਜਾਵੇ, ਉਹਨਾਂ ਨਾਲ ਇੱਕ ਕਾਨਫਰੰਸ ਕੀਤੀ ਜਾਵੇ, ਅਤੇ ਜੇ ਉਹਨਾਂ ਦੇ ਕੋਈ ਇਸ਼ੂਜ਼ ਨੇ ਉਹ ਸੁਣ ਕੇ ਐਡਰੈਸ ਕੀਤੇ ਜਾਣ, ਕਿਉਂਕਿ ਸਾਡੇ ਐਨ ਆਰ ਆਈ ਭਰਾ ਸਾਡੇ ਵਾਸਤੇ ਬਹੁਤ ਵੱਡੀ ਸਟਰੈਂਥ ਨੇ, ਅਤੇ ਉਹਨਾਂ ਨੂੰ ਅਸੀਂ ਇਹ ਚੀਜ਼ ਕਮਿਊਨੀਕੇਟ ਕਰਨੀ ਹੈ ਕਿ ਤੁਹਾਡਾ ਆਪਣਾ ਕੰਟਰੀ ਬਹੁਤ ਚੰਗੀਆਂ ਓਪਰਚੁਨਿਟੀਜ਼ ਦੇ ਰਿਹਾ, ਆਉਣ ਵਾਲਾ ਸਮਾਂ ਹਿੰਦੁਸਤਾਨ ਦਾ ਹੈ, ਆਉਣ ਵਾਲਾ ਸਮਾਂ ਗਰੋਥ ਦਾ ਹੈ, ਤਾਂ ਹਿੰਦੁਸਤਾਨ ਦੀ ਗਰੋਥ ਦੇ ਵਿੱਚ ਸਾਡੇ ਭਰਾ ਹੱਥ ਵੀ ਵਟਾਉਣ, ਅਤੇ ਹਿੰਦੁਸਤਾਨ ਦੀ ਗਰੋਥ ਤੋਂ ਸਾਡੇ ਭਰਾ ਫਾਇਦਾ ਵੀ ਚੱਕਣ, ਦਿਸ ਇਜ਼ ਵਾਟ ਵੀ ਵਾਂਟ, ਕਿ ਉਹਨਾਂ ਨੂੰ ਸਾਡੇ ਇੱਥੋਂ ਦੀ ਗਰੋਥ ਦਾ ਫਾਇਦਾ ਵੀ ਹੋਵੇ, ਪਲੱਸ ਉਹ ਵੀ ਚਾਹੁੰਗੇ ਕਿ ਹਿੰਦੁਸਤਾਨ ਦੀ ਗਰੋਥ ਦੇ ਵਿੱਚ ਕੰਟਰੀਬਿਊਟ ਕਰ ਸਕਣ। ਅਤੇ ਆਉਣ ਵਾਲਾ ਟਾਈਮ ਇੰਡੀਆ ਦਾ, ਬਟ ਹਾਂ ਕਿਤੇ ਨਾ ਕਿਤੇ ਜੇ ਕੋਈ ਕਮਿਊਨੀਕੇਸ਼ਨ ਦੇ ਵਿੱਚ ਡਾਇਲੋਗ ਦੇ ਵਿੱਚ ਕਮੀ ਹੈ, ਜਾਂ ਕਿਤੇ ਨਾ ਕਿਤੇ ਜੇ ਉਹਨਾਂ ਦੀਆਂ ਕੋਈ ਇਸ਼ੂਜ਼ ਨੇ, ਜੇ ਉਹਨਾਂ ਦੀ ਕੋਈ ਇਹੋ ਜਿਹੀ ਗੱਲ ਹੈ ਜਿਹੜੀ ਐਡਰੈਸ ਕਰਨ ਵਾਲੀ ਹੈ, ਕੋਈ ਹੋਰ ਕੋਈ ਇਸ਼ੂ ਹੈ, ਤਾਂ ਦੈਟ ਨੀਡਸ ਟੂ ਬੀ ਡੈਫੀਨੇਟਲੀ ਐਡਰੈਸਡ। ਐਂਡ ਐਨ ਆਰ ਆਈ ਬ੍ਰਦਰਸ ਆਰ ਵੈਰੀ ਵੈਰੀ ਵੈਲਿਊਏਬਲ ਫੋਰ ਅਸ ਐਜ਼ ਐਨ ਇਕਨੋਮਿਸਟ, ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ। ਲੈਟ ਮੀ ਇਨਫੋਰਮ ਆਲ ਬਾਈ ਐਨ ਆਰ ਆਈ ਬ੍ਰਦਰਸ ਹੂ ਆਰ ਲਿਸਨਿੰਗ, ਦੈਟ ਸਰ ਯੂ ਆਰ ਵੈਰੀ ਵੈਰੀ ਮਾਈ ਡੀਅਰ ਬ੍ਰਦਰ, ਰਾਦਰ ਆਈ ਵੁਡ ਯੂਜ਼ ਦ ਟਰਮ ਸਰ, ਆਈ ਵੁਡ ਸੇ ਮਾਈ ਡੀਅਰ ਬ੍ਰਦਰਸ, ਯੂ ਆਰ ਵੈਰੀ ਵੈਰੀ ਇੰਪੋਰਟੈਂਟ, ਯੂ ਆਰ ਵੈਰੀ ਵੈਰੀ ਵਾਈਟਲ ਫੋਰ ਅਸ, ਤੁਸੀਂ ਤਾਂ ਸਾਡੀ ਸ਼ਾਨ ਹੋ, ਯੂ ਆਰ ਵੈਰੀ ਇੰਪੋਰਟੈਂਟ ਫੋਰ ਅਸ, ਐਂਡ ਆਰ ਗਵਰਨਮੈਂਟ ਮਸਟ ਡੂ ਡਾਇਲੋਗ, ਮਸਟ ਕਮਿਊਨੀਕੇਟ ਵਿਦ ਯੂ, ਐਂਡ ਡੈਫੀਨੇਟਲੀ ਵੀ ਵਾਂਟ ਇਨਵੈਸਟਮੈਂਟ ਫਰੋਮ ਯੂ, ਵੀ ਵਾਂਟ ਯੂ ਟੂ ਗੇਨ ਫਰੋਮ ਇੰਡੀਆਜ਼ ਗਰੋਥ, ਐਂਡ ਇੰਡੀਆ ਆਲਸੋ ਵਾਂਟਸ ਯੋਰ ਮਨੀ, ਬਿਕੋਜ਼ ਵੀ ਆਰ ਗਰੋਇੰਗ, ਐਂਡ ਲੈਟ ਮੀ ਅਸ਼ੋਰ ਯੂ ਇਨ ਦ ਕਮਿੰਗ 10 years ਵੀ ਆਰ ਗੋਇੰਗ ਟੂ ਗਰੋ ਮਚ ਮਚ ਫਾਸਟਰ ਦੈਨ US, ਦੈਨ ਕੈਨੇਡਾ, ਇਟਸ ਨਾਟ ਓਨਲੀ ਮੀ, ਇਟਸ ਦਾ ਇੰਟਰਨੈਸ਼ਨਲ ਏਜੰਸੀ ਸੇਇੰਗ ਦੈਟ। ਜੀ ਮਿਸਟਰ ਜਿੰਦਲ, ਮੈਂ ਆਪਣੇ ਦਰਸ਼ਕਾਂ ਨੂੰ ਵੀ ਦਰਖਵਾਸਤ ਕਰਾਂਗਾ, ਜੇਕਰ ਉਹਨਾਂ ਦੇ ਜ਼ਹਿਨ ਦੇ ਵਿੱਚ ਕੋਈ ਸਵਾਲ ਹੈ, ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਆਕਾਸ਼ ਜੀ ਹੋਰਾਂ ਤੋਂ, ਤੁਸੀਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਔਰ ਆਪਣਾ ਸਵਾਲ ਵੀ ਪੁੱਛ ਸਕਦੇ ਹੋ, ਜਾਂ ਫਿਰ ਕੋਈ ਪ੍ਰਤੀਕਰਮ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ, ਕੋਈ ਵੀ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤੁਸੀਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਮੈਂ ਪੰਜਾਬ ਦੇ ਉੱਤੇ ਵੀ ਆਵਾਂਗਾ, ਲੇਕਿਨ ਮੇਰੇ ਨਾਲ ਕਾਫੀ ਸਾਰੇ ਕਾਲਰਸ ਆਲਰੇਡੀ ਜੁੜੇ ਹੋਏ ਹਨ। ਆਕਾਸ਼ ਜੀ, ਆਪਾਂ ਉਹਨਾਂ ਦੀ ਕਾਲ ਵੀ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਸਤਿ ਸ਼੍ਰੀ ਅਕਾਲ ਪ੍ਰੇਮਪੁਰਾ ਸਾਹਿਬ, ਠੀਕ ਹੋ ਜੀ? ਹਾਂਜੀ ਹਾਂਜੀ ਹਾਂਜੀ। ਪ੍ਰੇਮਪੁਰਾ ਸਾਹਿਬ, ਕੀ ਕੁਝ ਵਿਚਾਰ ਰੱਖਣਾ ਚਾਹੋਗੇ? ਬਹੁਤ ਵਧੀਆ ਤੁਸੀਂ ਮੁੱਦਾ ਲੈ ਕੇ ਆਏ ਹੋ ਜੀ। ਸਭ ਤੋਂ ਪਹਿਲਾਂ ਮੈਂ ਜੋ ਹਿੰਦੁਸਤਾਨ ਵਿੱਚ ਰਾਜ ਹੋ ਰਿਹਾ ਨਾ, ਚਾਹੇ ਕਾਂਗਰਸ ਨੇ ਕੀਤਾ ਚਾਹੇ BJP ਨੇ ਕੀਤਾ ਜੀ, ਉਹ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਦੀ ਵਜ੍ਹਾ ਨਾਲ
ਝੰਡਾ ਝੁਲਣਾ ਸੀ ਜੀ। ਪਹਿਲੇ ਪਾਤਸ਼ਾਹ ਨੇ ਜੰਜੂ ਪਾਣ ਤੋਂ ਇਨਕਾਰ ਕੀਤਾ ਵੀ ਇਹ ਪਖੰਡਬਾਜ਼ ਏ ਜੀ, ਤੇ ਉਹਨਾਂ ਫਿਰ ਵੀ ਨੌਵੀਂ ਜੋਤ ਚ ਆ ਕੇ ਉਹਨਾਂ ਕਿਹਾ ਵੀ ਭਾਵੇਂ ਇਹ ਪਖੰਡਬਾਜ਼ ਏ ਪਰ ਅਸੀਂ ਇਹਨਾਂ ਦਾ ਧਰਮ ਦਾ ਸਤਿਕਾਰ ਕਰਨੇ ਆ, ਇਹ ਮੈਂ ਜਨੇਊ ਲਾ ਨਹੀਂ ਦੇਣਾ, ਪਹਿਲਾਂ ਮੇਰਾ ਸਿਰ ਲਾਓ ਫਿਰ ਜਨੇਊ ਲਾਇਓ ਜੇ ਜੀ। ਅੱਜ ਜੇ ਮੋਦੀ ਬੜਕਾ ਮਾਰਦਾ ਪਿਆ ਨਾ ਗੁਰੂ ਤੇਗ ਬਹਾਦਰ ਦੀ ਵਜ੍ਹਾ ਨਾਲ, ਨਹੀਂ ਤੇ ਇਹ ਮੁਸਲਿਮ ਕੰਟਰੀ ਹੋਣੀ ਸੀ ਸਾਰੀ। ਅੱਜ ਜਿੰਨੇ ਨਾ ਮੈਂ ਯੂਪੀ ਚ ਵੀ ਜਾ ਕੇ ਆਇਆ, ਅੱਜ ਤੋਂ ਨੀ ਸਨ 85-86 ਚ ਅਸੀਂ ਉਧਰ ਜ਼ਮੀਨ ਖਰੀਦ ਰਹੇ ਆ ਅਮਰੀਕਾ ਤੇ ਮੈਂ ਬਾਅਦ ਚ ਆਇਆ, ਉਹ ਮੁਸਲਿਮ ਕਹਿੰਦੇ ਸਾਡੇ ਵੱਡੇ ਵਡੇਰੇ ਹਿੰਦੂ ਸਨ, ਜਿੰਨਾ ਮੁਸਲਿਮ ਯੂਪੀ ਚ ਭਰਿਆ ਪਿਆ ਨਾ ਜਿਹਨਾਂ ਦਾ ਖੂਨ ਮੁਸਲਿਮ ਹੁੰਦਾ ਨਾ ਤੇ ਦਿੱਲੀ ਦਾ ਤਖਤਾ ਪਲਟ ਦੇਣਾ ਸੀ, ਇਹ ਹਿੰਦੂ ਖੂਨ ਏ ਤੇ ਡਰਦੇ ਮਾਰੇ ਮੌਤ ਤੋਂ ਮੁਸਲਿਮ ਬਣੇ ਤੇ ਇਹਨਾਂ ਨੂੰ ਸ਼ੁਕਰ ਗੁਜ਼ਾਰ ਕਰਨਾ ਪਿਆ। ਇਹਨਾਂ ਦੇ ਵਜੜੇ ਨੀ ਨਾ ਕੱਢਿਆ ਗੁਰੂ ਤੇ ਗੁਰੂ ਨਾਨਕ ਦੇ ਗੁਰਪੁਰਬ ਦਾ, ਤੇ ਹਿੰਦੂ ਧਰਮ ਹੀ ਗੁਰੂ ਨਾਨਕ ਨੇ ਬਚਾਇਆ ਨਵੀਂ ਜੋਤ ਚ। ਆਪਾਂ ਸਾਡੇ ਪਿਓ ਦਾ ਆ ਰਿਹਾ ਹੈ ਗੁਰਪੁਰਬ, ਇਹਨਾਂ ਕਿਰਤਕਨਾਂ ਕੋਲੋਂ ਅਸੀਂ ਪੈਸੇ ਮੰਗਾਂਗੇ? ਹਿੰਦੁਸਤਾਨ ਜੇ ਵਸਦਾ ਨਾ ਗੁਰੂ ਨਾਨਕ ਦੀ ਕਿਰਪਾ ਨਾਲ, ਗੁਰੂ ਤੇਗ ਬਹਾਦਰ ਦੀ ਕਿਰਪਾ ਨਾਲ, ਪਰ ਅੱਜ ਉਹ ਵੀਰ ਬੋਲਦੇ ਪਏ ਨਾ ਮੇਰੇ ਤੋਂ ਪਹਿਲਾਂ ਵੀ ਕੋਈ ਕਮੀ ਪੇਸ਼ੀ ਦੱਸੋ, ਕਮੀ ਪੇਸ਼ੀ ਜਿਹੜੇ ਫੋਕਰੇ ਸਾਡੀ ਵੀ ਸਿੱਖ ਕੌਮ ਚ ਹੈਗੇ ਨੇ, ਇਹਨਾਂ ਦੇ ਵਿਸ਼ੇ ਵਿਸ਼ਿਆਂ ਨਾਲ ਆਰਾਮ ਪਰਾਂ ਬੜਕਾ ਮਾਰੀ ਜਾਣਗੇ ਯਾਰ। ਅਸੀਂ ਭਰਾ ਸਾਰੇ ਧਰਮ ਸਤਿਕਾਰ ਯੋਗ ਨੇ ਵਾਲੀਆ ਸਾਹਿਬ ਜੀ ਜੀ, ਸਾਡੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹੀ ਆਪ ਪੜਿਆ ਨਾ ਹੀ ਲੋਕਾਂ ਨੂੰ ਦੱਸਿਆ ਜੀ, ਚੋਂ ਵਰਨਾਂ ਨੂੰ ਸਾਂਝਿਆ ਜੀ। ਹਿੰਦੁਸਤਾਨ ਤਦ ਵੱਸ ਸਕਦਾ ਜੇ ਗੁਰੂ ਗ੍ਰੰਥ ਸਾਹਿਬ ਦੀ ਫਲੋਸਫੀ ਅਸੀਂ ਸਾਰੇ ਹਿੰਦੁਸਤਾਨ ਨੂੰ ਪੜ੍ਹਾਈਏ। ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ ਤੁਹਾਡੀ ਪ੍ਰੇਮਪੁਰਾ ਸਾਹਿਬ। ਆਕਾਸ਼ ਜੀ ਮੈਂ ਤੁਹਾਡੇ ਕੋਲ ਵੀ ਆਵਾਂਗਾ ਤੇ ਆਪਣੇ ਜਜ਼ਬਾਤ ਨੇ ਸਾਡੇ ਕਾਲਰਸ ਦੇ ਮੈਂ ਮਾਫੀ ਚਾਹੁੰਦਾ ਜੇਕਰ ਕੋਈ ਆਪਣੇ ਭਾਵੁਕ ਹੋ ਕੇ ਕੁਝ ਬੋਲ ਗਏ ਹੋਣ, ਪਰ ਡੈਫੀਨੇਟਲੀ ਆਈ ਵੁੱਡ ਲਾਈਕ ਟੂ ਨੋ ਅਬਾਊਟ ਪੰਜਾਬ ਕਿ ਪੰਜਾਬ ਦੇ ਲਈ ਕੋਈ ਵੱਡੀ ਸੁਗਾਤ ਇਸ ਬਜਟ ਦੇ ਵਿੱਚ ਕਿਉਂ ਨਹੀਂ ਲਿਆਂਦੀ ਗਈ, ਕੀ ਕੁਝ ਕਮੀ ਰਹਿ ਗਈ, ਜੇਕਰ ਲਿਆਂਦੀ ਜਾਂਦੀ ਤਾਂ ਪੰਜਾਬ ਨੂੰ ਕਿੰਨਾ ਇਹਦਾ ਮੁਨਾਫਾ ਹੋ ਸਕਦਾ ਸੀਗਾ ਔਰ ਇਹ ਮੁਨਾਫਾ ਆਲ ਓਵਰ ਇੰਡੀਆ ਦੇ ਵਿੱਚ ਕਿਵੇਂ ਜਾ ਸਕਦਾ ਸੀਗਾ, ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਉਹ GST ਲੈਂਦੀ ਹੈ ਔਰ GST ਦਾ ਮਤਲਬ ਇਹੀ ਹੈ ਕਿ ਉਹ ਜਿਹੜਾ ਪੈਸਾ ਇਕੱਠਾ ਹੁੰਦਾ, ਜਿਹੜਾ ਟੈਕਸ ਇਕੱਠਾ ਹੁੰਦਾ GST ਦੇ ਸਦਕਾ, ਉਹ ਵੱਖ ਵੱਖ ਸਟੇਟਾਂ ਨੂੰ ਦਿੱਤਾ ਜਾਏ। ਪਰ ਇੱਥੇ ਵੇਖਣ ਨੂੰ ਇਹ ਮਿਲ ਰਿਹਾ ਕਿ GST ਤਾਂ ਇਕੱਠਾ ਹੋਇਆ ਲੇਕਿਨ ਸਟੇਟਾਂ ਨੂੰ ਨਹੀਂ ਗਿਆ, ਕੀ ਕਮੀ ਰਹਿ ਗਈ, ਕਰਾਂਗੇ ਇਸ ਉੱਤੇ ਵੀ ਵਿਚਾਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹੁਣ ਗੱਲ ਕਰਾਂਗੇ ਪੰਜਾਬ ਦੇ ਲਈ ਕੋਈ ਸੁਗਾਤ ਕਿਉਂ ਨਹੀਂ ਇਸ ਬਜਟ ਦੇ ਵਿੱਚ ਲਿਆਂਦੀ ਗਈ, ਔਰ ਜਦ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਕਿਸਾਨੀ ਦਾ ਵਿਸ਼ਾ ਸਭ ਤੋਂ ਪਹਿਲਾਂ ਆਉਂਦਾ, ਪਾਣੀ ਦਾ ਜਿਹੜਾ ਮਸਲਾ ਸਭ ਤੋਂ ਪਹਿਲਾਂ ਆਉਂਦਾ, ਔਰ ਇਹਨਾਂ ਦੋਵਾਂ ਵਿਸ਼ਿਆਂ ਦੇ ਉੱਤੇ ਬਜਟ ਦੇ ਵਿੱਚ ਕਿਉਂ ਨਹੀਂ ਗੱਲ ਕੀਤੀ ਗਈ? ਜਲ ਸੰਕਟ ਸਿਰਫ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਟਾਈਮ ਇੱਕ ਅਹਿਮ ਵਿਸ਼ਾ ਬਣਿਆ ਹੋਇਆ। ਔਰ ਪਾਣੀ ਦੀ ਗੱਲ ਕਰਾਂ ਤਾਂ ਕੈਪਟਨ ਅਮਰਿੰਦਰ ਸਰਕਾਰ ਕਈ ਵਾਰ ਜਾ ਕੇ ਕੇਂਦਰ ਸਰਕਾਰ ਨੂੰ ਮਿਲ ਚੁੱਕੀ ਹੈ ਪਾਣੀ ਦੇ ਮਸਲਿਆਂ ਨੂੰ ਲੈ ਕੇ, ਉਹ ਵੀ ਬਜਟ ਦੇ ਉੱਤੇ ਨਹੀਂ ਵਿਚਾਰਿਆ ਗਿਆ, ਕੀ ਕੁਝ ਕਾਰਨ ਰਹੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਆਕਾਸ਼ ਜਿੰਦਲ.in ਤੋਂ ਮੇਰੇ ਨਾਲ ਜੁੜੇ ਹੋਏ ਹਨ, ਉਹਨਾਂ ਤੋਂ ਇਸ ਸਵਾਲ ਦਾ ਜਵਾਬ ਲੈਂਦੇ ਹਾਂ। ਆਕਾਸ਼ ਜੀ, ਓਵਰ ਟੂ ਯੂ ਜੀ। ਦੇਖੋ, ਜਿੱਥੋਂ ਤੱਕ ਖੇਤੀ ਦੀ ਗੱਲ ਹੈ, ਮੈਂ ਖੁਦ ਇਹ ਮੰਨਦਾ ਕਿ ਕਿਸਾਨਾਂ ਵਾਸਤੇ ਤੇ ਖਾਸ ਕਰ ਪੰਜਾਬ ਵਾਸਤੇ ਜ਼ਿਆਦਾ ਕੁਛ ਨਹੀਂ ਕੀਤਾ ਗਿਆ। ਦੇਖਿਏ, ਅੱਜ ਪੰਜਾਬ ਦਾ ਕਿਸਾਨ ਜਿਹੜਾ ਹੈ 14-14, 16-16 ਘੰਟੇ ਕੰਮ ਕਰਨ ਵਾਲਾ ਕਿਸਾਨ, ਜਿਹੜਾ ਕਿ 31 ਦਸੰਬਰ ਦੀ ਕੜਕ ਦੀ ਸਰਦੀ ਦੇ ਵਿੱਚ ਸਵੇਰੇ 4 ਵਜੇ ਉੱਠ ਕੇ ਕੰਮ ਕਰਦਾ, ਬਹੁਤ ਮਿਹਨਤੀ ਹੈ। ਤੇ ਬਿਲਕੁਲ ਸਾਡੇ ਪੁਰਾਣੇ ਬਿਲਕੁਲ ਸਹੀ ਕਿਹਾ ਸੀ, ਹਿੰਦੁਸਤਾਨ ਜਿਹੜਾ ਹਿੰਦੁਸਤਾਨ ਨੂੰ ਪੂਰੇ ਨੂੰ ਜਿਹੜਾ ਹੈ ਗ੍ਰੀਨਰੀ, ਪੂਰੇ ਹਿੰਦੁਸਤਾਨ ਨੂੰ ਭੋਜਨ ਪ੍ਰੋਵਾਈਡ ਕਰਨ ਦਾ ਕੰਮ ਪੰਜਾਬ ਨੇ ਕਿਸੇ ਟਾਈਮ ਦੇ ਵਿੱਚ ਕੀਤਾ ਹੋਇਆ ਹੈ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮੰਚ ਤੇ ਇਸ ਚੀਜ਼ ਨੂੰ, ਤੁਹਾਡੀ ਇਸ ਗੱਲ ਨੂੰ ਇੰਡੋਰਸ ਕਰਦਾ ਹਾਂ ਤੇ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਬਜਟ ਦੇ ਵਿੱਚ ਨਹੀਂ ਕੀਤਾ ਗਿਆ ਤਾਂ ਹੁਣ ਕਿਸਾਨਾਂ ਵਾਸਤੇ ਕੀਤਾ ਜਾਵੇ, ਖਾਸ ਕਰ ਪੰਜਾਬ ਦੇ ਕਿਸਾਨ ਭਰਾਵਾਂ ਵਾਸਤੇ ਜਿਹੜੀ ਉਹਨਾਂ ਨੂੰ ਰਿਕੁਆਇਰਮੈਂਟ ਹੈ। ਇੱਕ ਤਾਂ ਕਈ ਕਿਸਾਨ ਵੀਰਾਂ ਦੇ ਉੱਪਰ ਲੋਨ ਚੜਿਆ ਹੋਇਆ, ਉਸ ਸਮੱਸਿਆ ਦਾ ਸੋਲਿਊਸ਼ਨ ਦੇਖਿਆ ਜਾਵੇ, ਚਾਹੇ ਤਾਂ ਵੇਵਰ ਕੀਤਾ ਜਾਵੇ, ਉਹਨੂੰ ਰਿਡਿਊਸ ਕੀਤਾ ਜਾਵੇ, ਜਾਂ ਕਿਸੇ ਤਰੀਕੇ ਨਾਲ ਉਹਨਾਂ 'ਤੇ ਜਿਹੜਾ ਕਰਜ਼ੇ ਦਾ ਬੋਝ ਹੈ ਉਹਨੂੰ ਘਟਾਇਆ ਜਾਵੇ। ਦੂਜਾ, ਅੱਜ ਪੰਜਾਬ ਦੇ ਵਿੱਚ ਜੇ ਖੇਤੀ ਦੇਖੋ ਤਾਂ ਮੇਰੀ ਔਰਗਨਾਈਜੇਸ਼ਨ ਆਕਾਸ਼ਜਿੰਦਲ.in ਨੇ ਪੰਜਾਬ ਦੇ ਵਿੱਚ ਖੇਤੀ ਦੇ ਉੱਪਰ ਰਿਸਰਚ ਕੀਤੀ ਹੈ ਤਾਂ ਅਸੀਂ ਪਾਇਆ ਕਿ ਪੰਜਾਬ ਦੇ ਵਿੱਚ ਖੇਤੀ ਬਹੁਤ ਜਗ੍ਹਾ ਵਾਇਬਲ ਹੀ ਨਹੀਂ, ਪ੍ਰੋਫਿਟੇਬਲ ਛੱਡੋ, ਤਾਂ ਉਸ ਖੇਤੀ ਨੂੰ ਅਸੀਂ ਪ੍ਰੋਫਿਟੇਬਲ ਬਣਾਉਣਾ ਹੈ।
ਸਾਡੇ ਕਿਸਾਨ ਭਰਾ ਨੂੰ ਅਸੀਂ ਫਾਈਨੈਂਸ਼ੀਅਲੀ ਪ੍ਰੋਸੈਸ ਬਣਾਉਣਾ, ਉਹਦੇ ਵਾਸਤੇ ਕਰਨਾ ਕੀ ਚਾਹੀਦਾ ਇਹਨਾਂ ਨੂੰ, ਸੀਡਸ, ਫਰਟੀਲਾਈਜ਼ਰ, ਆਟੋਮੇਸ਼ਨ, ਸਟੋਰੇਜ, ਮਾਰਕੀਟਿੰਗ, ਸਾਰੀਆਂ ਚੀਜ਼ਾਂ ਵਾਸਤੇ ਮੇਜਰ ਐਲੋਕੇਸ਼ਨ ਹੋਣੀ ਚਾਹੀਦੀ ਸੀ, ਜਿਹੜੀ ਇਸ ਬਜਟ ਦੇ ਵਿੱਚ ਅਸੀਂ ਨਹੀਂ ਦੇਖੀ। ਦੂਜੀ ਇਨ ਜਨਰਲ ਪੰਜਾਬ ਦੀ, ਪੰਜਾਬ ਇਹੋ ਜਿਹੀ ਸਟੇਟ ਹੈ ਜਿਹਦੇ ਵਿੱਚ ਇੰਡਸਟਰੀ ਦੀ ਗਰੋਥ ਬਹੁਤ ਜ਼ਿਆਦਾ ਹੋ ਸਕਦੀ ਹੈ, ਬਿਕੋਜ਼ ਟੋਪੋਗ੍ਰਾਫੀ ਬਹੁਤ ਚੰਗੀ ਹੈ। ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀਗਾ ਕਿ ਲੈਂਡ ਲੋਕਡ ਆ, ਹੁਣ ਜਿਵੇਂ ਜਿਵੇਂ DMIC ਬਣ ਰਿਹਾ, ਵੀ ਆਰ ਨੋ ਮੋਰ ਲੈਂਡ ਲੋਕਡ, ਦਿੱਲੀ ਤੋਂ ਸਾਡੇ ਗੁੜ ਜਿਹੜੇ ਹੈ ਮੁੰਬਈ ਪਹੁੰਚ ਸਕਦੇ ਨੇ ਪੋਰਟ 'ਤੇ, ਪੰਜਾਬ ਦੀ ਇੰਡਸਟਰੀ ਵਾਸਤੇ ਵੀ ਕਾਫੀ ਕੁਝ ਹੋਣਾ ਚਾਹੀਦਾ ਸੀ। ਪਲੱਸ ਤੁਸੀਂ ਇੱਕ ਬੜਾ ਰੈਲੀਵੈਂਟ ਇਸ਼ੂ ਚੱਕਿਆ ਹੈ, ਵਾਟਰ ਇਸ਼ੂ, ਦੈਟਸ ਵੈਰੀ ਰੈਲੀਵੈਂਟ। ਆਈ ਥਿੰਕ ਅਗੇਨ ਆਈ ਵੁੱਡ ਇੰਡੋਰਸ ਯੂ, ਦੀਸ ਟੂ ਥਿੰਗਸ ਆਰ ਦੇਅਰ ਵਿਚ ਨੀਡ ਟੂ ਬੀ ਟੱਚਡ, ਅਤੇ ਪੰਜਾਬ ਦੇ ਉੱਪਰ ਜਿਹੜਾ ਹੈ ਐਲੋਕੇਸ਼ਨ ਬਜਟ ਦੇ ਵਿੱਚ ਹੋਣੀ ਚਾਹੀਦੀ ਸੀ, ਅੱਗੇ ਚੱਲ ਕੇ ਹੋਰ ਜ਼ਿਆਦਾ ਐਲੋਕੇਸ਼ਨ ਕਰਨੀ ਚਾਹੀਦੀ ਹੈ। ਅਤੇ ਪੰਜਾਬ ਦੀ ਜਿਹੜੀ ਕਿਸਾਨੀ ਦੀ ਗੱਲ ਹੈ ਜਾਂ ਪੂਰੇ ਪੈਨ ਇੰਡੀਆ ਕਹੋ ਐਗਰੀਕਲਚਰਿਸਟ ਨੂੰ, ਮੇਰੇ ਹਿਸਾਬ ਨਾਲ ਮੈਂ ਸੈਟਿਸਫਾਈਡ ਨਹੀਂ ਹਾਂ ਕਿ ਬਜਟ ਦੇ ਵਿੱਚ ਐਲੋਕੇਸ਼ਨ ਦਿੱਤੀਆਂ ਗਈਆਂ। ਓਵਰਆਲ ਬਜਟ ਵਾਸ ਅ ਵੈਰੀ ਗੁੱਡ ਬਜਟ, ਨਰਿੰਦਰ ਮੋਦੀ ਅਕੋਰਡਿੰਗ ਟੂ ਮੀ ਇਜ਼ ਦ ਬੈਸਟ ਪ੍ਰਾਈਮ ਮਿਨਿਸਟਰ ਇਨ ਇੰਡੀਆ, ਐਲੋਕੇਸ਼ਨ ਲਈ ਜਾਏ ਤੇ ਆਈ ਥਿੰਕ ਐਲੋਕੇਸ਼ਨ ਜਿਹੜੀ ਹੋਣੀ ਚਾਹੀਦੀ ਸੀ ਨਹੀਂ ਮਿਲੀ। ਉਹ ਕੀ ਕੁਝ ਐਲੋਕੇਸ਼ਨ ਅਸੀਂ ਲਿਆ ਸਕਦੇ ਹਾਂ, ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ, ਖੇਤੀ ਦੀ ਗੱਲ ਕਰੀਏ, ਤੇ ਕਿਵੇਂ ਬਚਾ ਸਕਦੇ ਹਾਂ, ਕੇਂਦਰ ਸਰਕਾਰ ਕਿਸ ਤਰੀਕੇ ਨਾਲ ਤਜਵੀਜ਼ ਰੱਖ ਸਕਦਾ ਹੈ ਜਾਂ ਫਿਰ ਮਦਦ ਕਰ ਸਕਦਾ ਹੈ ਟੂ ਪ੍ਰੋਟੈਕਟ ਦਿਸ ਟੂ ਫੈਕਟਰਸ? ਦੇਖੋ, ਸਭ ਤੋਂ ਪਹਿਲਾਂ ਹੈ MSP, ਮਿਨੀਮਮ ਸਪੋਰਟ ਪ੍ਰਾਈਸ। ਸਾਡਾ ਕਿਸਾਨ ਆਪਣਾ ਖੂਨ ਪਸੀਨਾ, ਪੰਜਾਬ ਦਾ ਕਿਸਾਨ ਇੱਕ ਕਰਕੇ ਫਸਲ ਉਗਾਉਂਦਾ, ਤਾਂ ਉਹਨੂੰ ਜਿਹੜੀ ਸੇਲ ਪ੍ਰਾਈਸ ਹੈ ਦੈਟ ਸ਼ੁੱਡ ਬੀ ਮੱਚ ਮੱਚ ਬੈਟਰ। ਅੱਜ ਜਿਹੜਾ ਉਹਨੂੰ ਮਿਲਦਾ, ਅੱਜ ਹੁੰਦਾ ਕੀ ਹੈ, ਸਾਡੇ ਕਿਸਾਨ ਤੁਹਾਨੂੰ ਕਈ ਵਾਰ ਵਿਚੋਲੀਏ ਜਿਹੜੇ ਹੈ ਉਹ ਐਕਸਪਲੋਇਟ ਕਰ ਜਾਂਦੇ ਨੇ, ਬਹੁਤ ਵਾਰ MSP ਨਹੀਂ ਮਿਲਦੀ। ਸਾਡੇ ਹਿੰਦੁਸਤਾਨ ਦੇ ਵਿੱਚ MP ਦੇ ਵਿੱਚ ਭਾਵੰਤਰ ਭੁਗਤਾਨ ਯੋਜਨਾ ਯੂਜ਼ ਕੀਤੀ ਗਈ ਸੀ। ਆਈ ਥਿੰਕ ਇੱਕ ਤਾਂ ਭਾਵੰਤਰ ਭੁਗਤਾਨ ਯੋਜਨਾ ਦੇ ਮਾਡਲ ਦੇ ਉੱਪਰ ਇੱਥੇ ਸ਼ੁਰੂ ਕੀਤਾ ਜਾਵੇ, ਫਿਰ ਰਾਇਤੂ ਬੰਧੂ ਦੇ ਮਾਡਲ ਦੇ ਉੱਪਰ ਕਿਸਾਨ ਭਰਾਵਾਂ ਨੂੰ ਪਰ ਏਕੜ ਹੋਲਡਿੰਗ ਦੇ ਹਿਸਾਬ ਨਾਲ ਪੇਮੈਂਟ ਕੀਤੀ ਜਾਵੇ, ਤਾਂ ਕਿ ਸਾਡੇ ਕਿਸਾਨ ਭਰਾ ਬੀਜ ਹੋਵੇ, ਫਰਟੀਲਾਈਜ਼ਰਸ ਹੋਵੇ, ਆਟੋਮੇਸ਼ਨ ਹੋਵੇ, ਸਟੋਰੇਜ ਹੋਵੇ, ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਅਰੇਂਜਮੈਂਟ ਕਰ ਸਕਣ। ਕਿਉਂ ਅਸੀਂ ਕਿਸਾਨ ਭਰਾ ਨੂੰ ਉਸ ਪੋਜੀਸ਼ਨ ਦੇ ਵਿੱਚ ਲਾਈਏ ਕਿ ਉਹ ਮੰਡੀ ਦੇ ਵਿੱਚ ਜਾ ਕੇ ਮਨੀ ਲੈਂਡਰ ਕੋਲ ਪੈਸਾ ਲਵੇ? ਬੜੀ ਅੜੀ ਅਜੀਬ ਜੀ ਸਿਚੁਏਸ਼ਨ ਹੈ ਕਿ ਮਨੀ ਲੈਂਡਰ ਕੋਲ ਉਹਨੂੰ ਪੈਸਾ ਲੈਣਾ ਪੈਂਦਾ 12% 15% ਤੇ, ਜਦੋਂ ਕਿ ਕਿਸਾਨ ਭਰਾ ਨੂੰ ਤਾਂ ਪੈਸਾ ਮਿਲਣਾ ਚਾਹੀਦਾ 0% ਇੰਟਰਸਟ ਤੇ। ਜੀ ਹਾਂ, ਮੈਂ ਔਨ ਰਿਕਾਰਡ ਕਹਿ ਰਿਹਾ ਐਜ਼ ਐਨ ਇਕਨੋਮਿਸਟ ਆਫਟਰ ਇੰਟਾਇਰ ਥਿੰਕਿੰਗ, ਮੈਂ ਕਹਿ ਰਿਹਾ ਕਿ ਇਟ ਇਜ਼ ਵੈਰੀ ਮੱਚ ਪੋਸੀਬਲ, ਤੇ ਸਰਕਾਰ ਦੀ ਡਿਊਟੀ ਹੈ ਕਿ ਕਿਸਾਨ ਭਰਾ ਨੂੰ ਇੰਟਰਸਟ ਫ੍ਰੀ ਲੋਨ ਦਿੱਤੇ ਜਾਣ, ਤਾਂ ਪਹਿਲਾਂ ਇੰਟਰਸਟ ਫ੍ਰੀ ਲੋਨ, ਫਿਰ ਰਾਇਤੂ ਬੰਧੂ ਦੇ ਮਾਡਲ ਤੇ ਪਰ ਏਕੜ ਪੈਸਾ, ਦੈਨ ਭਾਵੰਤਰ ਭੁਗਤਾਨ ਯੋਜਨਾ ਦੀ ਮਾਡਲ ਦੇ ਉੱਪਰ ਜਿਹੜਾ ਹੈ ਉਹਨੂੰ ਕੰਪਨਸੇਟ ਕੀਤਾ ਜਾਵੇ ਜੇ MSP ਤੋਂ ਗੈਪ ਹੈ। ਤੇ ਹੌਲੀ ਹੌਲੀ ਆਲ ਆਫ ਅ ਸਡਨ ਤਾਂ ਅਸੀਂ ਸਵਾਮੀਨਾਥਨ ਕਮੇਟੀ ਨੂੰ ਨਹੀਂ ਇੰਪਲੀਮੈਂਟ ਕਰ ਸਕਦੇ, ਬਟ ਗ੍ਰੈਜੂਅਲੀ ਵੀ ਸ਼ੁੱਡ ਮੂਵ ਟੁਵਰਡਸ ਦੈਟ, ਕਿਉਂਕਿ ਆਲ ਆਫ ਅ ਸਡਨ ਅਸੀਂ ਇਮੀਡੀਏਟਲੀ ਇੰਪਲੀਮੈਂਟ ਕਰਾਂਗੇ ਤਾਂ ਇਨਫਲੇਸ਼ਨ ਬਹੁਤ ਵੱਧ ਜਾਏਗੀ, ਬਟ ਗੋਇੰਗ ਗ੍ਰੈਜੂਅਲੀ ਵੀ ਸ਼ੁੱਡ ਟਾਰਗੇਟ ਇੰਪਲੀਮੈਂਟਿੰਗ ਵਾਟ ਸਵਾਮੀਨਾਥਨ ਕਮਿਸ਼ਨ ਸੈਡ। ਆਈ ਐਮ ਫਰਮਲੀ ਆਫ ਦਿਸ ਬਿਲੀਵ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਇੰਪਲੀਮੈਂਟ ਹੋਣੇ ਚਾਹੀਦੇ ਇਨ ਅ ਗ੍ਰੈਜੂਅਲ ਐਂਡ ਇਨ ਅ ਸਟੇਜ ਐਂਡ ਅ ਫੇਸਡ ਮੈਨਰ। ਮਿਸਟਰ ਜਿੰਦਲ, ਵਟ ਯੂ ਥਿੰਕ, ਵਟ ਆਰ ਦ ਮੇਨ 5 ਪੁਆਇੰਟਸ ਫੋਰ ਦੀ ਸਵਾਮੀਨਾਥਨ ਰਿਪੋਰਟ, ਇਫ ਯੂ ਕੈਨ ਇੰਪਲੀਮੈਂਟ ਦੈਟ 5 ਪੁਆਇੰਟਸ ਔਨ ਗਰਾਊਂਡ ਲੈਵਲ ਐਂਡ ਵੀ ਕੈਨ ਯੂ ਨੋ ਥਿੰਕ ਅਬਾਊਟ ਫੋਰ ਦੀ ਬੈਟਰਮੈਂਟ ਆਫ ਫਾਰਮਰਸ, ਫੋਰ ਦੀ ਬੈਟਰਮੈਂਟ ਆਫ ਪੰਜਾਬ? ਆਈ ਥਿੰਕ ਇਫ ਯੂ ਟਾਕ ਅਬਾਊਟ ਸਵਾਮੀਨਾਥਨ ਕਮਿਸ਼ਨ, ਦ ਮੇਨ ਇਸ਼ੂ ਵੁੱਡ ਬੀ ਵਟ ਡੂ ਆਰ ਫਾਰਮਰਸ ਗੈਟ। ਓਕੇ, ਆਈ ਟੇਕ ਦਿਸ ਆਨਸਰ ਮਿਸਟਰ ਜਿੰਦਲ, ਪਰ ਮੈਨੂੰ ਇੱਥੇ ਸਮਾਂ ਜਿਹੜਾ ਇੱਕ ਨਿੱਕੇ ਜਿਹੇ ਵਕਫੇ ਲਈ ਰੋਕ ਰਿਹਾ, ਵਕਫੇ ਤੋਂ ਬਾਅਦ ਜਿਵੇਂ ਆਵਾਂਗਾ ਇਸ ਸਵਾਲ ਦਾ ਜਵਾਬ ਲਵਾਂਗਾ। ਉਸ ਤੋਂ ਬਾਅਦ ਸਵਾਗਤ ਹੈ ਅਸੀਂ ਸਵਾਮੀਨਾਥਨ ਰਿਪੋਰਟ ਦੇ ਕੀ ਪੁਆਇੰਟਸ ਦੀ ਗੱਲ ਕਰ ਰਹੇ ਸੀਗੇ, ਆਕਾਸ਼ ਜਿੰਦਲ ਜੀ ਸਾਨੂੰ ਉਸ ਗੱਲ ਦਾ ਜਵਾਬ ਦੇ ਰਹੇ ਸੀਗੇ। ਆਕਾਸ਼ ਜੀ, ਮੇਰੇ ਨਾਲ ਫੋਨ ਲਾਈਨ 'ਤੇ ਕੁਝ ਕਾਲਰਸ ਵੀ ਮੌਜੂਦ ਹਨ, ਉਹਨਾਂ ਦਾ ਵੀ ਕੋਈ ਸਵਾਲ ਹੈ, ਇੱਕ ਵਾਰੀ ਆਪਾਂ ਉਹਨਾਂ ਨੂੰ ਵੀ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਤੁਸੀਂ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰਹਮ ਸਿੰਘ ਸੰਧੂ ਬੋਲ ਰਿਹਾ ਜੀ, ਕਲੀਵਲੈਂਡ ਤੋਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੀ ਕੁਝ ਸਵਾਲ ਹੈ ਤੁਹਾਡਾ? ਸਵਾਲ ਹੈਗਾ ਜੀ, ਜਿਹੜੇ ਇਕਨੋਮਿਸਟ ਹੈ, ਪਹਿਲਾਂ ਤਾਂ ਆਈ ਐਮ ਨਾਟ ਕੰਪਲੇਨਿੰਗ, ਬਟ ਆਈ ਹੈਵ ਟੂ ਵੇਟ ਲੌਂਗ ਟਾਈਮ, ਆਈ ਡੋਨਟ ਨੋ ਹੋਲਡ ਫਾਰ ਲੌਂਗ ਟਾਈਮ, ਓਕੇ, ਦੈਟਸ ਆਈ ਡੋਨਟ ਨੋ ਸਰ, ਵੀ ਆਰ ਰੀਅਲੀ ਸੌਰੀ, ਸਾਰੀ ਕਾਫੀ ਸਾਰੀ ਕਾਲਸ ਹੋਲਡ ਦੇ ਉੱਤੇ ਨੇ, ਨਹੀਂ ਪਤਾ ਨਹੀਂ ਹੁਣ ਤੁਸੀਂ ਉਹਨਾਂ ਦੀ ਕਾਲਾਂ ਚੁੱਕਦੇ ਜਿਹੜੇ ਤੁਹਾਡੇ ਜਾਣਕਾਰ ਹੁੰਦੇ ਨੇ ਕਿ ਮਤਲਬ ਪਤਾ ਨਹੀਂ, ਇਟਸ ਓਕੇ, ਓਕੇ, ਦੈਟਸ ਫਾਈਨ, ਓਕੇ, ਤੁਹਾਡੇ ਕੋਲ ਇਕਨੋਮਿਸਟ ਹੈਗੇ ਨੇ, ਮਤਲਬ ਆਈ ਆਲਸੋ ਰੈਡ ਇਕਨੋਮਿਕਸ ਡਿਊਰਿੰਗ ਮਾਈ ਕਾਲਜ ਡੇਜ਼, ਮਿਸਟਰ ਜਿੰਦਲ, ਉਹਨਾਂ ਦੇ ਇੱਕ ਗੱਲ ਕਰਨੀ ਸੀ GDP ਦੇ ਬਾਰੇ ਕਿ ਵੀ ਆਰ ਗਰੋਇੰਗ ਐਟ ਹਾਇਰ ਪੇਸ ਦੈਨ USA ਐਂਡ ਚਾਈਨਾ ਐਂਡ ਆਲ ਦੈਟ ਸਟਫ, ਰਾਈਟ? ਓਕੇ, ਨਾ ਮਾਈ ਕੁਐਸਚਨ ਇਜ਼ ਦਿਸ, GDP ਇਜ਼ ਓਕੇ, ਦੈਟਸ ਅ ਨੰਬਰ, ਓਕੇ, GDP 7 ਔਰ 6 ਔਰ 5, ਓਕੇ, ਇਜ਼ ਇਟ GDP ਇਜ਼ ਇੰਪੋਰਟੈਂਟ ਔਰ ਦ ਇਜ਼ ਮੋਰ ਇੰਪੋਰਟੈਂਟ ਦ ਕਾਮਨ ਪੀਪਲਸ ਲਾਈਫ ਟੂ ਲਿਫਟ ਦੇਅਰ ਲਾਈਫ,
I go over there, people on the streets, it's a summer, it's a 45 degree and people are without shoes on the streets. So, no electricity, no water, nothing. The basic necessity is not there. What's important? To lift up the life of the common people or just like GDP is more important that like the people with the money, they are getting richer, their monies are fine, everybody is fine. But what about the people who are living at the very, very low level? Please allow me to reply. Please allow me to reply. Yes. Dekho. GDP, if we have money, my dear brother, if we have resources, definitely that can be used towards upliftment of life. So basically, your question is regarding quality of life. See, now we are becoming financially prosperous. So definitely going ahead, our government and our country, there would be upliftment of living standards, quality of life. But there's still one issue with our country. The issue is our resources are increasing at the pace, but our population increasing at a fast pace. Now, you are an Indian brother, you are a Punjabi brother. You would remember those days in 1980s when we used to have the concept of family planning. So what you are saying, I partially endorse you, and I am rather recommending to my government to restrict the population growth the way China did. So then we'll have more resources and we won't have population explosion. But let me assure you, once you have funds, once you have GDP growth, that can be used towards upliftment of common people. And let me tell you, 10 years from now, we'll be definitely a much more financially prosperous country. Let me tell you, as an economist, I can assure you of that, my dear brother. We are also hoping, Mr. Jindal, ki hai hoye part de vich taaki ithe har koi investment kare utthe aur Indo-US trade jehda oh vadhe aur jehde Pradhan Mantri Modi kehnde han ki foreign direct investment di sanu lod hai. ਮੈਨੂੰ ਲੱਗਦਾ ਉਹ ਵੀ ਇੱਥੋਂ ਦੀ ਹੋਏ ਸੋ ਵੀ ਆਰ ਆਲਸੋ ਹੋਪਿੰਗ ਫੋਰ ਦ ਸੇਮ ਜੀ ਜੀ ਬਿਲਕੁਲ ਡੈਫੀਨੇਟਲੀ ਦੈਟਸ ਅ ਵੈਰੀ ਪੋਜ਼ਿਟਿਵ ਸਪਿਰਿਟ ਅਸੀਂ ਚਾਹੁੰਦੇ ਹਾਂ ਕਿ ਯੂਐਸ ਦਾ ਪੈਸਾ ਆਵੇ ਯੂਐਸ ਦੇ ਵਿੱਚ ਜਿਹੜੇ ਸਾਡੇ ਭਰਾ ਬੈਠੇ ਨੇ ਉਹਨਾਂ ਦਾ ਪੈਸਾ ਆਵੇ ਤੇ ਸਾਡੀ ਗਰੋਥ ਜਿਹੜੀ ਹੈ ਐਮੀਨੈਂਟ ਹੈ ਦੇਖੋ ਯੂਐਸ ਦੀ ਇਕਨੋਮੀ ਆਈ ਹੈਵ ਰਿਸਪੈਕਟ ਫੋਰ ਯੂਐਸ ਇਕਨੋਮੀ ਬਟ ਇੱਕ ਸੈਚੂਰੇਸ਼ਨ ਲੈਵਲ ਤੇ ਪਹੁੰਚ ਚੁੱਕੀ ਦੇਸੀ ਭਾਸ਼ਾ ਦੇ ਵਿੱਚ ਗੱਲ ਕਰਾਂ ਹਰ ਵਿਅਕਤੀ ਕੋਲ ਗੱਡੀ ਹੈ ਹਰ ਵਿਅਕਤੀ ਕੋਲ ਸਾਰੀਆਂ ਫੈਸਿਲਿਟੀਜ਼ ਆ ਹੁਣ ਸਿਰਫ ਰਿਪਲੇਸਮੈਂਟ ਮਾਰਕੀਟ ਰਹੀ ਇੰਡੀਆ ਦੇ ਵਿੱਚ ਅੰਡਰ ਪੈਨੀਟ੍ਰੇਸ਼ਨ ਹੈ ਰਿਸੋਰਸਿਸ ਦੀ ਅੰਡਰ ਪੈਨੀਟ੍ਰੇਸ਼ਨ ਹੈ ਕਈ ਚੀਜ਼ਾਂ ਦੀ ਤਾਂ ਉਹਦੇ ਵਾਸਤੇ ਇੰਡੀਆ ਦੇ ਵਿੱਚ ਇਜ਼ ਅ ਹਿਊਜ ਮਾਰਕੀਟ ਤੁਸੀਂ ਖੁਦ ਦੇਖੋ ਯੂਐਸ ਦੇ ਯੂਰਪ ਦੀ ਸਾਰੀ ਕੰਪਨੀਆਂ ਇੰਡੀਆ ਦੇ ਵਿੱਚ ਆ ਰਹੀਆਂ ਕਿਉਂਕਿ ਵੀ ਆਰ ਅ ਹਿਊਜ ਮਾਰਕੀਟ ਦ ਗਲੋਬ ਰਿਕੋਗਨਾਈਜ਼ਸ ਅਸ ਐਜ਼ ਅ ਹਿਊਜ ਮਾਰਕੀਟ ਐਜ਼ ਅ ਲੈਂਡ ਆਫ ਹਿਊਜ ਓਪਰਚੁਨਿਟੀਜ਼ ਦੈਟਸ ਵਾਈ ਮੈਨੀ ਆਫ ਦ ਯੂਐਸ ਬੇਸਡ ਮਲਟੀਨੈਸ਼ਨਲਸ ਹੈਵ ਇਨਵੈਸਟਡ ਇਨ ਆਰ ਕੰਟਰੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇੰਡੀਆ ਦੀ ਗਰੋਥ ਜਿਹੜੀ ਹੈ ਮੈਂ ਨਹੀਂ ਗਲੋਬਲ ਰਿਪੋਰਟਸ ਕਹਿੰਦੀਆਂ ਬ੍ਰਿਕਸ ਰਿਪੋਰਟ ਲਾ ਲਓ ਹੋਰ ਕਈ ਰਿਪੋਰਟਸ ਹੈ ਉਹ ਦੱਸਦੀਆਂ ਨੇ ਕਿ ਅੱਜ ਤੋਂ 10 ਸਾਲ ਬਾਅਦ ਇੰਡੀਆ ਵੁੱਡ ਬੀ ਡੈਫੀਨੇਟਲੀ a much more financially strong company. We'll be a country, and we'll be a robust economy let's going ahead after 10 years. Let's hope for the best. And thank you very much, Mr. Jindal. You have given us your valuable time. There are many questions, but we'll try to see in future, when there will be a new topic, then we'll take it and you'll give us those questions as well. But for this, especially, you have given us your valuable time. Really, thank you. ਮੈਂ ਆਪਣੇ ਐਨ ਆਰ ਆਈ ਭਰਾਵਾਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਕਰਦਾ ਹਾਂ ਅਤੇ ਉਹਨਾਂ ਨੂੰ ਦੱਸਦਾ ਜੇ ਉਹਨਾਂ ਦੀ ਕੋਈ ਐਪਰੀਹੈਂਸ਼ਨਸ ਹੈਗੀਆਂ ਉਹ ਤੁਹਾਡੇ ਚੈਨਲ ਤੱਕ ਪਹੁੰਚਾਉਣ ਤਾਂ ਮੈਂ ਜਿਹੜਾ ਹੈ ਉਹ ਤੋਂ ਬਾਅਦ ਸੈਂਟਰਲ ਗਵਰਨਮੈਂਟ ਦੇ ਮਿਨਿਸਟਰ ਨਾਲ ਜਦੋਂ ਮੇਰੇ ਟੀਵੀ ਸ਼ੋਅ ਹੁੰਦੇ ਉਹਨਾਂ ਦੀ ਐਪਰੀਹੈਂਸ਼ਨ ਜਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਹੈ ਉੱਥੇ ਰੱਖਾਂਗਾ ਐਂਡ ਆਈ ਵਾਂਟ ਅਲਟੀਮੇਟਲੀ ਦੈਟ ਯੂ ਸ਼ੁੱਡ ਇਨਵੈਸਟ ਯੋਰ ਮਨੀ ਇਨ ਯੋਰ ਕੰਟਰੀ ਇਟਸ ਯੋਰ ਕੰਟਰੀ ਨੋਟ ਓਨਲੀ ਮਾਈ ਕੰਟਰੀ ਇਟਸ ਆਰ ਕੰਟਰੀ ਸੋ ਇਫ ਯੂ ਹੈਵ ਐਨੀ ਐਪਰੀਹੈਂਸ਼ਨਸ ਪਲੀਜ਼ ਕਮਿਊਨੀਕੇਟ ਟੂ ਦ ਚੈਨਲ ਦੇ ਵਿਲ ਟੈਲ ਮੀ ਐਂਡ ਆਈ ਵਿਲ ਡੈਫੀਨੇਟਲੀ ਪੇਸ ਦੈਮ ਬਿਫੋਰ ਦ ਗਵਰਨਮੈਂਟ ਐਂਡ ਆਈ ਵਾਂਟ ਇਟ ਟੂ ਬੀ ਸੋਲਵਡ ਮੈਂ ਕਿਹਾ ਦਿਲ ਸਾਡਾ ਵੀ ਖੁੱਲਾ ਉੱਥੇ ਮੋਦੀ ਸਾਹਿਬ ਦਾ ਵੀ ਦਿਲ ਖੁੱਲਾ ਕਰਾਓ ਬਿਲਕੁਲ ਬਿਲਕੁਲ ਦੈਟਸ ਦਾ ਪੋਜ਼ਿਟਿਵ ਸਪਿਰਿਟ ਦੈਟਸ ਦਾ ਪੋਜ਼ਿਟਿਵ ਥੈਂਕ ਯੂ ਠੀਕ ਹੈ ਥੈਂਕ ਯੂ ਵੈਰੀ ਮੱਚ ਮਿਸਟਰ ਜਿੰਦਲ ਸੋ ਐਸੀ ਕੇ ਕਾਸ਼ ਜਿੰਦਲ ਅਰਥਸ਼ਾਸਤਰੀ ਸੀਗੇ ਇੰਡੀਆ ਤੋਂ ਸਾਡੇ ਨਾਲ ਜੁੜੇ ਸੀਗੇ ਜਿਨ੍ਹਾਂ ਨੇ ਐਨਾਲਿਸਿਸ ਕੀਤਾ ਤੁਸੀਂ ਜੇਕਰ ਮੈਨੂੰ ਮੇਲ ਕਰਨਾ ਚਾਹੁੰਦੇ ਹੋ ਆਪਣੀ ਕੋਈ ਵੀ ਗੱਲ ਤਾਂ ਮੇਲ ਕਰ ਸਕਦੇ ਜਿਨ੍ਹਾਂ ਦੇ ਮੈਂ ਫੋਨ ਕਾਲਸ ਨਹੀਂ ਚੱਕ ਪਾਇਆ ਆਮ ਰੀਅਲੀ ਸੌਰੀ ਕਿ ਸਮਾਂ ਸਾਡੇ ਕੋਲ ਨਹੀਂ ਸੀਗਾ ਇਨਫੋ ਐਟ ਜਸਟ ਬ੍ਰੋਡਕਾਸਟਿੰਗ ਡੋਟ ਕੋਮ ਹਰਕੀਰਤ ਐਟ ਜਸਟ ਬ੍ਰੋਡਕਾਸਟਿੰਗ ਡੋਟ ਕੋਮ ਦੇ ਉੱਤੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਨਹੀਂ ਮੈਨੂੰ ਹਰਕੀਰਤ ਸਿੰਘ ਆਲੂਵਾਲੇ ਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ